ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਦਾ ਟਰੱਕ ਸ਼ੋ ਮਾਈਲਜ਼ ਇਨ ਸਟਾਈਲ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਟਰੱਕਾਂ ਨਾਲ ਸੰਬੰਧਿਤ ਹਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਦੀ ਆ, ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਹੈ। ਅੱਜ ਮੈਂ ਤੁਹਾਨੂੰ ਲੈ ਚੱਲਦਾ ਗਦਰੀ ਬਾਬਿਆਂ ਦੀ ਧਰਤੀ, ਅਮਰੀਕਾ ਦਾ ਇਤਿਹਾਸਿਕ ਸ਼ਹਿਰ ਸਟੋਕਟਨ, ਜਿੱਥੇ ਬੈਸਟ ਪ੍ਰਾਈਸ ਇੱਕ ਸਟੋਰ ਹੈ, ਟਰੱਕਾਂ ਨਾਲ ਸਪੇਅਰ ਪਾਰਟ ਸੰਬੰਧਿਤ ਜੋ ਹੈ ਉਹ ਉੱਥੇ ਮਿਲਦਾ, ਚਾਹੇ ਟਰੱਕਾਂ ਦੀ ਗੱਲ ਕਰ ਲਈਏ, ਚਾਹੇ ਰੀਫਰਾਂ ਦੀ ਗੱਲ ਕਰ ਲਈਏ, ਚਾਹੇ ਟ੍ਰੇਲਰਾਂ ਦੀ ਗੱਲ ਕਰ ਲਈਏ। ਅੱਜ ਤੁਹਾਨੂੰ ਬੈਸਟ ਪ੍ਰਾਈਸ ਸਟੋਕਟਨ ਦੇ ਵਿੱਚ ਲੈ ਕੇ ਚੱਲਦੇ ਹਾਂ। ਉੱਥੇ ਮਨਪ੍ਰੀਤ ਸਿੰਘ ਭੁੱਲਰ ਅਤੇ ਉਹਨਾਂ ਦੇ ਬਾਕੀ ਜਿਹੜੇ ਦੋਸਤ ਮਿੱਤਰ ਹੈਗੇ ਨੇ ਜਾਂ ਸਟਾਫ ਹੈਗਾ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜਾਣਾਂਗੇ ਟਰੱਕਾਂ ਦੇ ਸਪੇਅਰ ਪਾਰਟਾਂ ਬਾਰੇ ਕਿ ਕੀ ਇਹਦੇ 'ਚ ਬਰੀਕੀਆਂ ਨੇ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਟਾਈਮਿੰਗ ਬਣੀ ਆ ਤੁਹਾਡਾ। ਬਹੁਤ ਬਹੁਤ ਸਵਾਗਤ ਜਸ ਪੰਜਾਬੀ ਦੇ ਵਿਹੜੇ। ਹਾਂਜੀ ਹਾਂਜੀ ਭਾਈ, ਥੈਂਕ ਯੂ ਤੁਹਾਡਾ ਵੀ। ਅਤੇ ਮੈਂ ਇੱਥੇ ਆਏ ਸੀ ਤੁਹਾਡੇ ਕੋਲ ਕਰਦੇ ਗੱਲਾਂ ਬਾਤਾਂ। ਹਾਂਜੀ ਹਾਂਜੀ ਜੱਗੀ ਭਾਅ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਆਜੋ। ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ ਲੱਗਿਆ। ਆਜੋ ਭਾਅ ਜੀ, ਆਓ ਜੀ ਭਾਅ ਜੀ, ਥੈਂਕ ਯੂ ਜੀ, ਆਜੋ। ਵਾਹ ਜੀ ਵਾਹ, ਆਓ ਆ ਸਾਡਾ ਸਟੋਰ ਦੇਖ ਲਓ, ਬਹੁਤ ਵਧੀਆ ਜੀ। ਅਮਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਇਹ ਵੀ ਟਰੱਕਾਂ ਨਾਲ ਸੰਬੰਧਿਤ ਨੇ, ਰੀਫਰ ਵਗੈਰਾ ਠੀਕ ਕਰਦੇ ਨੇ। ਮਨੀਤ ਦਿਓਲ ਜੀ ਪਹਿਲਾਂ ਇਸੇ ਸ਼ੋਅ 'ਚ ਸਾਡੇ ਆ ਚੁੱਕੇ ਨੇ, ਇਹਨਾਂ ਦਾ ਵੀ ਸਾਰੇ ਕੰਮ ਜਿਹੜੇ ਟਰੱਕਾਂ ਦੇ ਹੈਗੇ ਆ, ਪਲੇਟਾਂ ਵਗੈਰਾ ਦਾ, ਹੋਰ ਵੀ ਇਹਨਾਂ ਨਾਲ ਗੱਲਬਾਤ ਬਾਅਦ 'ਚ ਕਰਾਂਗੇ। ਹਰਪਿੰਦਰ ਭੁੱਲਰ ਸਾਹਿਬ, ਕੀ ਹਾਲ ਚਾਲ ਹੈ? ਇਹ ਭੁੱਲਰ ਸਾਹਿਬ ਨੇ ਜੋ ਕਿ ਇੱਥੇ ਮਨਪ੍ਰੀਤ ਭਾਅ ਜੀ ਭੁੱਲਰ ਸਾਹਿਬ ਕੋਲ ਹੀ ਕੰਮ ਕਰਦੇ ਨੇ, ਇਕੱਠੇ ਕੰਮ ਕਰਦੇ ਨੇ ਇਹ, ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਪਰ ਪਹਿਲਾਂ ਅਸੀਂ ਮਨਪ੍ਰੀਤ ਭੁੱਲਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਇਹਨਾਂ ਕੋਲੋਂ ਟਰੱਕਾਂ ਬਾਰੇ ਜਾਂ ਟਰੱਕ ਪਾਰਟਸ ਬਾਰੇ। ਜੀ ਮਨਪ੍ਰੀਤ ਭਾਅ ਜੀ, ਬਹੁਤ ਬਹੁਤ ਕਮਾਲ ਹੈ, ਮੈਂ ਕਹਿੰਦਾ ਇੱਥੇ ਤਾਂ ਤੁਸੀਂ ਪੂਰਾ, ਸਤਿ ਸ਼੍ਰੀ ਅਕਾਲ ਜੀ ਦੁਬਾਰਾ, ਪੂਰਾ ਮੈਂ ਕਹਿੰਦਾ ਸਰਹੰਦ ਵਾਲੀ ਫੀਲਿੰਗ ਆਉਂਦੀ ਹੈ। ਹਾਂਜੀ, ਸਰਹੰਦ ਦੇ ਵਿੱਚ ਜਦੋਂ ਉੱਥੋਂ ਲੰਘੀਏ ਤਾਂ ਟਰੱਕਾਂ ਦਾ ਸਮਾਨ ਸਾਰਾ ਹਾਂਜੀ ਉੱਥੇ ਮਿਲਦਾ, ਪਰ ਇੱਥੇ ਇੱਕ ਥੋੜ੍ਹੀ ਜਿਹੀ ਕਮੀ ਹੈ ਵੀ ਡੋਰੀਆਂ ਨਹੀਂ ਜਿਹੜੀਆਂ ਟਰੱਕਾਂ 'ਚ ਲਮਕਾਉਂਦੇ ਹੁੰਦੇ, ਉਹ ਨਹੀਂ ਹੈਗੀਆਂ। ਉਹ ਵੀ ਭਾਅ ਜੀ ਆਰਡਰ ਕੀਤੀਆਂ ਆ, ਵਾਹ ਜੀ ਵਾਹ, ਤੇ ਬਸ ਉਹ ਮੇ ਵੀ ਨੈਕਸਟ ਮੰਥ ਤੱਕ ਪਹੁੰਚ ਜਾਣੀਆਂ। ਬਹੁਤ ਵਧੀਆ ਜੀ, ਬਹੁਤ ਵਧੀਆ, ਪੂਰਾ ਆਨੰਦ ਆ ਰਿਹਾ ਇੱਥੇ ਆ ਕੇ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਹਾਂਜੀ ਭਾਅ ਜੀ, ਤੇ ਇਹ ਜਿੱਥੇ ਤੁਹਾਡੇ ਕੋਲ ਟਰੱਕ ਦਾ ਹਰ ਪਾਰਟਸ ਮਿਲਦੇ ਨੇ, ਹਾਂਜੀ, ਤੇ ਹਰ ਤਰ੍ਹਾਂ ਦਾ ਪਾਰਟਸ ਕੋਈ ਵੀ ਜਿਹੜਾ ਹੈਗਾ, ਤੇ ਇਹ ਕਿੰਨੀ ਦੇਰ ਹੋ ਗਈ ਆਪਾਂ ਨੂੰ ਸ਼ਾਪ ਇਹ ਖੋਲੀ? ਇਹ ਭਾਅ ਜੀ ਅਸੀਂ ਪਿਛਲੇ ਸਾਲ ਦਸੰਬਰ 'ਚ ਖੋਲਿਆ ਸੀ, ਸਾਨੂੰ ਆਲਮੋਸਟ 11 ਕੁ ਮਹੀਨੇ ਹੋਏ। ਤੇ ਮੈਨੂੰ ਪਤਾ ਲੱਗਿਆ ਪਹਿਲਾਂ ਤੁਸੀਂ ਬਕਾਇਦਾ ਤੁਹਾਡੇ ਟਰੱਕ ਸੀਗੇ, ਟਰਾਂਸਪੋਰਟਰ ਸੀਗੇ, ਹਾਂਜੀ ਕੰਮ ਉਹ ਵੀ ਵਧੀਆ ਸੀਗਾ, ਤੇ ਇਹ ਫਿਰ ਚੇਂਜ ਕਿਉਂ ਮਾਰਿਆ? ਭਾਅ ਜੀ ਇਸ ਚੀਜ਼ ਦੀ ਵੀ ਇੱਕ ਜ਼ਰੂਰਤ ਸੀ। ਅੱਛਾ ਜੀ, ਉਸ ਜ਼ਰੂਰਤ ਦਾ ਕਰਕੇ ਫਿਰ ਅਸੀਂ ਜਿੱਦਾਂ ਮਤਲਬ ਕਹਿ ਲਓ ਵੀ ਸਾਡਾ ਮਨ ਕੀਤਾ ਵੀ ਚੱਲ ਆ ਵੀ ਕਰਕੇ ਕਰਨਾ ਚਾਹੀਦਾ, ਕਰਨਾ ਚਾਹੀਦਾ ਜੀ ਬਿਲਕੁਲ। ਇਹ ਵੀ ਜਿਹੜੇ ਪਾਰਟਸ ਨੇ, ਪਾਰਟਸ ਤੋਂ ਬਿਨਾਂ ਕੰਮ ਬਣਦਾ ਨਹੀਂ। ਹਾਂਜੀ, ਪਰ ਮੈਂ ਇੱਕ ਚੀਜ਼ ਦੇਖੀ ਹੈ ਵੀ ਤੁਸੀਂ ਇਕੱਲੇ ਪਾਰਟਸ ਰੱਖੇ ਨੇ, ਹਰ ਤਰ੍ਹਾਂ ਦਾ ਪਾਰਟਸ ਹੈਗਾ, ਅੰਦਰ ਵੀ ਦੇਖ ਕੇ ਆਏ ਹਾਂ, ਤੇ ਰਿਪੇਅਰ ਦਾ ਨਹੀਂ ਨਾਲ ਰੱਖਿਆ ਨਾ? ਰਿਪੇਅਰ ਨਹੀਂ, ਅਸੀਂ ਰਿਪੇਅਰ ਨਹੀਂ ਕਰਦੇ। ਇਹਦੇ 'ਚ ਵੀ ਕੋਈ ਟੈਕਨੀਕਲ ਕਾਰਨ? ਟੈਕਨੀਕਲ ਕਾਰਨ ਇਹੀ ਆ ਵੀ ਸਾਡਾ ਜਿਹੜਾ ਸਮਾਨ ਆ ਜ਼ਿਆਦਾ ਅਸੀਂ ਹੋਲਸੇਲ ਕਰਦੇ ਹਾਂ, ਜਿਸ ਤਰ੍ਹਾਂ ਸ਼ੋਪਾਂ ਨੂੰ ਸਮਾਨ ਜਾਂਦਾ ਆ, ਫਲੀਟਾਂ ਨੂੰ ਸਮਾਨ ਜਾਂਦਾ ਆ, ਉਸ ਤੋਂ ਬਿਨਾਂ ਸਾਡੇ ਕੋਲ ਰੋਡ ਸਰਵਿਸ ਵਾਲੇ ਨੇ, ਸਪੈਨਿਸ਼ ਨੇ, ਆਪਣੇ ਪੰਜਾਬੀ ਨੇ, ਉਹ ਸਮਾਨ ਲਿਜਾਂਦੇ ਨੇ। ਤੇ ਫਿਰ ਜੇ ਹੁਣ ਭਾਅ ਜੀ ਆਪਾਂ ਆਪਣਾ ਮਿਸਤਰੀ ਰੱਖ ਲਾਂਗੇ ਤੇ ਸਾਡੇ ਕੋਲ ਕਿਸੇ ਸ਼ੌਪ ਵਾਲੇ ਨੇ ਤੇ ਸਮਾਨ ਖਰੀਦਣ ਆਉਣਾ ਨਹੀਂ ਆ। ਮੈਂ ਵੀ ਇਹੀ ਕਹਿ ਰਿਹਾ ਸੀ, ਟੈਕਨੀਕਲ ਪੁਆਇੰਟ ਤੇ ਇਹ ਹੈਗਾ। ਫਿਰ ਅਸੀਂ ਪਹਿਲੇ ਦਿਨ ਤੋਂ ਹੀ ਮਤਲਬ ਇਹੀ ਸੋਚਿਆ ਸੀ ਵੀ ਆਪਾਂ ਜਿਹੜਾ ਵੀ ਆਪਣਾ ਸਿਰਫ ਪਾਰਟਸ ਹੀ ਵੇਚਣੇ ਆ। ਤੇ ਇਹ ਫਿਰ ਵਧੀਆ ਲੱਗਦਾ ਟਰੱਕ ਜਿਹੜੀ ਉਹ ਇੰਡਸਟਰੀ ਵਾਲਾ ਜਾਂ ਟਰਾਂਸਪੋਰਟ ਵਾਲਾ ਕੰਮ ਵਧੀਆ ਲੱਗਦਾ ਸੀ ਕਿ ਇਹ ਵਧੀਆ ਲੱਗਦਾ ਫਿਰ? ਭਾਅ ਜੀ ਕੰਮ ਤਾਂ ਸਾਰੇ ਵਧੀਆ ਜਦੋਂ ਤੁਸੀਂ ਮਨ ਮਾਰ ਕੇ ਕਰਨ ਲੱਗ ਪੈਂਦੇ ਜੋ, ਪਰ ਟਰੈਕਿੰਗ ਜਿਹੜੀ ਆ ਉਹ ਡਿਫਰੈਂਟ ਆ ਇਹਦੇ ਨਾਲੋਂ। ਇਹਦੇ 'ਚ ਕਿਉਂਕਿ ਪਹਿਲੇ ਦਿਨ ਤੋਂ ਕਿਹਾ ਸੀ ਵੀ ਸ਼ੌਪਕੀਪਰ ਨਹੀਂ ਬਣਨਾ। ਅੱਛਾ, ਮਤਲਬ ਆਪਣੀ ਅਮੈਰੀਕਾ 'ਚ ਸ਼ੌਪਕੀਪਰ ਨਹੀਂ ਬਣਨਾ। ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਆ ਵੀ ਜਿੱਦਾਂ ਕਹਿ ਲਓ ਵੀ ਜਿੱਦਾਂ ਇੰਡੀਆ ਤੋਂ ਆਪਾਂ ਫਾਰਮਿੰਗ 'ਚੋਂ ਆਏ, ਅੱਛਾ, ਇੱਥੇ ਆਣ ਕੇ ਆਪਾਂ ਟਰੈਕਿੰਗ ਦੇ ਨਾਲ ਰਿਲੇਟਡ ਮਤਲਬ ਟਰੈਕਿੰਗ 'ਚ ਪੈ ਗਏ, ਖੁੱਲ੍ਹਾ ਕਮਾਉਣਾ, ਖੁੱਲ੍ਹਾ ਖਾਣਾ ਵਰਤਣਾ, ਰਾਈਟ? ਅਤੇ ਮਤਲਬ ਸਟੋਰਾਂ ਦੇ ਵਿੱਚ ਛੋਟੀ ਛੋਟੀ ਗੱਲ 'ਤੇ, ਨਿੱਕੀ ਨਿੱਕੀ ਗੱਲ 'ਤੇ ਕਸਟਮਰ ਨਾਲ ਬਹਿਸੋ, ਲੜੋ, ਮਤਲਬ ਦਿਮਾਗ ਨੂੰ ਸਟ੍ਰੈਸ 'ਚ ਲੈ ਕੇ ਆਉਣਾ, ਇਸ ਕਰਕੇ ਫਿਰ ਇਹਦੀ ਨਾ। ਪਰ ਕਹਿੰਦੇ ਹੁੰਦੇ ਵੀ
ਮਹਾਰਾਜ ਨੂੰ ਪਤਾ ਉਹਨੇ ਕੀ ਕਰਾਉਣਾ ਤੁਹਾਡੇ ਕੋਲੋਂ। ਬਿਲਕੁਲ ਜੀ, ਬਾਕੀ ਤਾਂ ਮੁੱਕਦੀ ਗੱਲ ਤਾਂ ਇੱਥੇ ਆ ਜਾਂਦੀ ਹੈ, ਪਰ ਇੱਥੇ ਵੀ ਇਹ ਚੀਜ਼ਾਂ ਹੈਗੀਆਂ। ਮੈਂ ਦੇਖ ਰਿਹਾ ਸੀ ਤੁਸੀਂ ਲਿਖਿਆ ਹੋਇਆ ਹੈ, ਹਾਂਜੀ, ਜਿਹੜੀ ਕੈਂਚੀ ਹੈ ਕੀ ਵਰਡਿੰਗ ਬਹੁਤ ਸੋਹਣੀ ਲਿਖੀ ਹੋਈ ਹੈ। ਉਹ ਤਾਂ ਅਸੀਂ ਇੱਕ ਦਿਨ ਬੈਠੇ ਬੈਠੇ ਨਾ ਮਜ਼ਾਕ ਦੇ ਵਿੱਚ ਲਾਈਨਾਂ ਬਣਾਈਆਂ, ਹਾਂ, ਵੀ ਮੰਗ ਕੇ ਉਧਾਰ ਨੂੰ ਕੈਂਚੀ ਨਾ ਫਿਰੋ ਪਿਆਰ ਨੂੰ, ਕੈਂਚੀ ਨਾ ਫਿਰੋ ਪਿਆਰ, ਕਿਉਂਕਿ ਮਤਲਬ ਤੁਹਾਨੂੰ ਪਤਾ ਹੀ ਆ ਸਾਡੀ ਮਾਨਸਿਕਤਾ ਦਾ ਪੰਜਾਬੀਆਂ ਦੀ ਦਾ, ਜਾਂ ਕਹਿ ਲਓ ਵੀ ਨਹੀਂ। ਮੈਂ ਇਹੀ ਸੋਚ ਰਿਹਾ ਸੀ ਵੀ ਇਹ ਤੁਸੀਂ ਵੈਸੇ ਹੀ ਲਿਖਾਇਆ ਜਾਂ ਇੱਧਰ ਵੀ ਇਹ ਚੀਜ਼ ਹੈਗੀ ਆ ਸਾਡੇ। ਭਾਜੀ ਹੈਗੀ ਆ, ਪਰ ਮਤਲਬ ਬਹੁਤ ਥੋੜ੍ਹੀ ਆ, ਘੱਟ ਹੈ, ਘੱਟ ਹੈ, ਹਾਂਜੀ। ਕੁਛ ਇੱਕ ਲੋਕ ਹੈਗੇ ਨੇ ਜਿਹੜੇ ਫਿਰ ਜਿੱਦਾਂ ਇੱਥੋਂ ਸਮਾਨ ਲੈ ਲਿਆ ਤਾਂ ਫਿਰ ਅਗਲੀ ਵਾਰ ਲੋੜ ਪਈ ਤਾਂ ਨਹੀਂ, ਪਿੱਛੋਂ ਦੀ ਲੰਘ ਕੇ ਦੂਜੀ ਤੋਂ ਲੈ ਲਈ, ਇਹਨਾਂ ਦੇ ਪੈਸੇ ਦੇਣੇ, ਬਸ ਬਸ। ਪਰ ਇੱਥੇ ਮੇਰਾ ਖਿਆਲ ਨਹੀਂ ਹੈਗਾ ਇਸ ਤਰ੍ਹਾਂ ਦਾ, ਫਰਕ ਹੈ ਭਾਜੀ, ਨਹੀਂ ਹੈ ਮਤਲਬ ਜ਼ਿਆਦਾ ਨਹੀਂ ਗਾ ਹੈਗਾ, ਪਰ ਉਹ ਚੀਜ਼ ਬੜੀ ਵਧੀਆ ਤੁਸੀਂ ਲਿਖੀ ਹੈ। ਮੈਂ ਕਹਿੰਦਾ ਇਹ ਇੰਡੀਆ ਦੇ ਵਿੱਚ ਤੁਸੀਂ ਇਹਦੇ ਸਟਿੱਕਰ ਬਣਾ ਕੇ ਵੇਚਣੇ ਸ਼ੁਰੂ ਕਰ ਦੇਣਾ, ਪੂਰੇ ਟਰੱਕਾਂ ਦੇ ਸਾਰੀਆਂ ਦੁਕਾਨਾਂ ਵਾਲੇ ਖਰੀਦ ਲੱਗਿਆ ਜਾਊਗਾ। ਠੀਕ ਹੈ। ਅੱਛਾ, ਆਪਾਂ ਨਾਲ ਨਾਲ ਸਪੇਅਰ ਪਾਰਟਸ ਦੀ ਜੇ ਗੱਲ ਕਰੀਏ, ਸਪੇਅਰ ਪਾਰਟਸ ਫਿਰ ਇੱਥੋਂ ਕਿੱਥੋਂ ਆਉਂਦਾ ਜ਼ਿਆਦਾਤਰ ਜਿਹੜਾ ਟਰੱਕਾਂ ਦਾ? ਇਹ ਜਿਹੜਾ ਇੱਥੇ ਜ਼ਿਆਦਾ US ਮੇਡ, ਹਾਂਜੀ, ਚਾਈਨਾ, ਤਾਈਵਾਨ, ਜਿੱਦਾਂ ਲਾਈਟਿੰਗ ਵਗੈਰਾ ਤੁਸੀਂ ਦੇਖਦੇ ਹੋ, ਲਾਈਟਾਂ ਸਾਰੀਆਂ ਤਕਰੀਬਨ ਤਾਈਵਾਨ ਤੋਂ ਆਉਂਦੀਆਂ ਜੀ, ਅਤੇ ਚਾਈਨਾ ਤੋਂ ਬੋਡੀ ਪਾਰਟਸ ਆਉਂਦੇ ਨੇ, ਮੈਕਸੀਕੋ ਤੋਂ ਆਉਂਦੇ ਨੇ, ਅਤੇ ਤੁਸੀਂ ਇੱਕ ਤੁਹਾਨੂੰ ਦਿਖਾ ਲਾਂਗੇ ਬਾਅਦ 'ਚ ਆਪਾਂ ਅੰਦਰ ਜੀ, ਵੀ ਆਪਣਾ ਜ਼ਿਆਦਾਤਰ ਅਸੀਂ ਉਹੀ ਯਾਨੀ ਜਿਹੜੇ ਓਰਿਜਿਨਲ ਪਾਰਟਸ ਨੇ, ਅਤੇ ਮਤਲਬ ਆਫਟਰ ਮਾਰਕੀਟ ਤਾਂ ਸਾਡੇ ਕੋਲ ਹੈਗਾ ਹੀ ਹੈਗਾ ਆ, ਪਰ ਉਹਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿੱਦਾਂ ਅਸੀਂ ਓਰਿਜਿਨਲ ਪਾਰਟਸ ਜ਼ਿਆਦਾ ਵੇਚੀਏ। ਅਤੇ ਹਾਂਜੀ, ਓਰਿਜਿਨਲ ਪਾਰਟਸ ਵੈਸੇ ਮੇਰਾ ਵੀ ਵਾਹ ਵਾਸਤਾ ਰਿਹਾ ਥੋੜ੍ਹੀ ਦੇਰ ਮਕੈਨਿਕ ਨਾਲ, ਕਾਫੀ ਦੇਰ ਮੋਟਰਸਾਈਕਲਾਂ ਦੇ ਨਾਲ, ਹਾਂਜੀ, ਅਤੇ ਉਦੋਂ ਵੀ ਹੁੰਦਾ ਸੀ ਵੀ ਆਹ ਚੀਜ਼ ਤਾਂ ਹੈਗਾ ਜੀ, ਆਹ ਜਿਹੜਾ ਚੀਜ਼ ਹੈਗੀ ਇਹ 150 ਰੁਪਈਏ ਦੀ, ਅਤੇ ਆਹ ਹੈਗੀ ਆ 25 ਰੁਪਈਏ ਦੀ, ਹਾਂਜੀ, ਅਤੇ ਦੇਖਣ ਨੂੰ ਜਮ੍ਹਾਂ ਸੇਮ ਹੁੰਦੀਆਂ ਸੀਗੀਆਂ। ਪਰ ਇੱਥੇ ਮੈਂ ਜਿਹੜੀਆਂ ਚੀਜ਼ਾਂ ਨੋਟ ਕੀਤੀਆਂ, ਇੱਥੇ ਉਹ ਚੀਜ਼ਾਂ ਘੱਟ ਹੈ ਭਾਅ ਜੀ। ਇੱਥੇ ਨਾ ਚੱਕਰ ਇਹ ਆ ਵੀ ਕੁਛ ਇੱਕ ਚੀਜ਼ਾਂ ਤੁਸੀਂ ਆਫਟਰ ਮਾਰਕੀਟ ਵਰਤ ਸਕਦੇ ਜੋ, ਹੁਣ ਮੰਨ ਲਓ ਤੁਸੀਂ ਇੱਕ ਸਟਾਰਟਰ ਆ ਲੈਣਾ, ਆਫਟਰ ਮਾਰਕੀਟ ਵਾਲਾ ਸਟਾਰਟਰ ਤੁਹਾਨੂੰ ਓਰਿਜਿਨਲ ਨਾਲੋਂ ਲੈਸ ਦੈਨ ਹਾਫ ਪ੍ਰਾਈਸ 'ਤੇ ਮਿਲੇਗਾ। ਅੱਛਾ, ਪਰ ਤੁਸੀਂ ਲੇਬਰ ਦੇਖੋ, ਜੇ ਕੱਲ੍ਹ ਨੂੰ ਤੁਹਾਡਾ ਟਰੱਕ ਫਿਰ ਰਸਤੇ 'ਚ ਬ੍ਰੇਕ ਡਾਊਨ ਹੋ ਗਿਆ, ਇੰਡੀਆ 'ਤੇ ਆਪਾਂ ਨੂੰ ਕੋਈ ਪਰਵਾਹ ਨਹੀਂ ਨਾ, ਉੱਥੇ ਤਾਂ ਡਿਫਰੈਂਟ ਆ ਵੀ ਲੇਬਰ ਸਸਤੀ ਹੈ। ਅੱਛਾ, ਇੱਕ ਹੋਰ ਸੀ ਸਵਾਲ ਜਿਹੜਾ ਮੈਂ ਦੇਖ ਰਿਹਾ ਸੀ, ਜਿੱਦਾਂ ਅਸੀਂ ਉੱਥੇ ਦੇਖੀਏ ਪੰਜਾਬ ਦੇ ਵਿੱਚ ਟਰੱਕਾਂ ਦਾ, ਵੈਸੇ ਟਰੱਕਾਂ ਦਾ ਬੁਰਾ ਹਾਲ ਹੀ ਹੁੰਦਾ, ਹਾਂਜੀ, ਪਰ ਟਰੱਕ ਡਰਾਈਵਰ ਕਈ ਸ਼ੌਕੀਨ ਹੁੰਦੇ ਨੇ, ਹਾਂਜੀ, ਉਹ ਵੱਖਰੀਆਂ ਵੱਖਰੀਆਂ ਚੀਜ਼ਾਂ ਲਿਖਾ ਕੇ ਰੱਖਦੇ ਨੇ ਜਾਂ ਲਾ ਕੇ ਰੱਖਦੇ ਨੇ। ਇੱਧਰ ਵੀ ਆਪਣੇ ਟਰੱਕ ਡਰਾਈਵਰਾਂ ਨੂੰ, ਟਰੱਕਾਂ ਚਲਾਉਣ ਵਾਲਿਆਂ ਨੂੰ ਜਾਂ ਹੈਗਾ ਸ਼ੌਕ ਇਸ ਤਰ੍ਹਾਂ ਦੇ ਸਲੋਗਨ ਲਿਖਣ ਦਾ ਜਾਂ ਬਹੁਤ ਸਾਰੇ ਟਰੱਕਾਂ ਦੇ ਵਿੱਚ ਜਾਂ ਸਟਿੱਕਰ ਲਾਉਣ ਦਾ? ਬਿਲਕੁਲ ਹੈਗਾ ਜੀ, ਮੈਂ ਤਾਂ ਖੁਦ ਜਦੋਂ ਟਰੱਕ ਚਲਾਉਂਦਾ ਹੁੰਦਾ ਸੀ ਨਾ, ਅੱਛਾ, ਅਤੇ ਮੇਰੇ ਆਪਣੇ ਟਰੈਲੀ ਦੇ ਪਿੱਛੇ ਲਿਖਾਇਆ ਹੁੰਦਾ ਸੀ ਅੰਮ੍ਰਿਤਸਰੀਆ ਭਾਗੂ, ਅਤੇ ਮੈਂ ਮੇਰੇ ਕਿੰਨੇ, ਅਤੇ ਹੁਣ ਵੀ ਜਿਹੜੇ ਮੇਰੇ ਟਰੱਕ ਸੀ ਜਿਹੜੇ ਮੈਂ ਹੁਣ ਰੀਸੈਂਟਲੀ ਆਪਣੀ ਕੰਪਨੀ ਭੁੱਲਰ ਟਰੈਕਿੰਗ ਸੀ ਮੈਂ ਬੰਦ ਕਰ ਦਿੱਤੀ ਹੈ, ਅਤੇ ਉਹਦੇ ਵੀ ਮੈਂ ਸਾਰਿਆਂ ਮੇਰੇ ਟਰੱਕਾਂ ਦੇ ਮੂਹਰੇ ਫਰੰਟ ਦੇ ਉੱਤੇ ਅੰਮ੍ਰਿਤਸਰ ਲਿਖਾਇਆ ਸੀ, ਜਿੱਦਾਂ ਹਾਂਜੀ ਪਤਾ ਲੱਗ ਜਾਂਦਾ, ਦੂਰੋਂ ਪਤਾ ਲੱਗ ਜਾਂਦਾ ਸੀ, ਹੈ ਨਾ। ਅਤੇ ਇੱਦਾਂ ਸ਼ੌਂਕ ਆ, ਬਹੁਤ ਮੁੰਡੇ ਆ ਇੱਥੇ ਆਉਂਦੇ ਰਹੇ ਆ, ਦੇਖੋ ਕਿੰਨਾ ਕਰੋਮ ਦਾ ਸਮਾਨ ਹੈ, ਇਹ ਸਾਰਾ ਲੋਕੀ ਲਿਜਾਂਦੇ ਨੇ, ਲਾਉਂਦੇ ਨੇ ਜੀ, ਬਿਲਕੁਲ ਹੀ ਸ਼ੌਂਕ ਵਾਲਾ ਹੀ ਹੈ, ਬਾਕੀ ਜ਼ਰੂਰਤ ਵਾਲਾ ਜਿਹੜਾ ਉਹ ਵੀ ਹੈਗਾ ਤੇ ਸ਼ੌਂਕ ਵਾਲਾ ਵੀ ਸਾਰਾ ਹੈਗਾ, ਝਾਲਰਾਂ, ਪਰਾਂਦੇ, ਡੋਰੀਆਂ, ਇੰਡੀਆ ਵਾਲੇ ਹਾਰਨ, ਉਹ ਸਾਰੀਆਂ ਚੀਜ਼ਾਂ ਇੱਥੇ ਲੋਕੀ ਲਾਉਂਦੇ ਆ ਆਪਣੇ ਟਰੱਕਾਂ ਦੇ। ਵਾਹ ਜੀ ਵਾਹ, ਬਹੁਤ ਮੈਂ ਦੂਰੋਂ ਪਤਾ ਲੱਗ ਜਾਂਦਾ ਵੀ ਪੰਜਾਬੀ ਟਰੱਕ, ਪੰਜਾਬੀਆਂ ਦੇ ਟਰੱਕ ਨੇ ਜਾਂ ਪੰਜਾਬੀ ਟਰੱਕ ਚਲਾ ਰਿਹਾ। ਹਾਂਜੀ ਹਾਂਜੀ ਬਿਲਕੁਲ, ਅਤੇ ਇਹ ਜਿਹੜੀ ਇੱਕ ਉੱਧਰ ਉਹ ਚੀਜ਼ ਮੇਰੇ ਖਿਆਲ ਨਹੀਂ ਹੋਣੀ ਜਦੋਂ ਪੰਜਾਬ ਦੇ ਵਿੱਚ ਇੱਕ ਜੁੱਤੀ ਲੜਕਾਉਂਦੇ ਹੁੰਦੇ ਮੂਹਰੇ ਟਰੱਕ ਦੇ, ਨਜ਼ਰ ਨਾ ਲੱਗੇ। ਭਾਅ ਜੀ ਇੱਥੇ ਵੀ ਉਤਰਾਂ ਨਾ ਬਸ ਕਈਆਂ ਕਿੰਨੇ ਨੇ ਲਾਈਆਂ ਜੁੱਤੀਆਂ। ਅੱਛਾ ਜੀ, ਪਰ ਇੱਥੇ ਹਰ ਇੱਕ ਦਾ ਟਰੱਕ ਦੂਜੇ ਦੇ ਟਰੱਕ ਨਾਲੋਂ ਸੋਹਣਾ, ਤਾਂ ਨਜ਼ਰ ਲੱਗਣੀ, ਨਜ਼ਰ ਨਹੀਂ ਲੱਗਣੀ। ਉੱਥੇ ਟੁੱਟਾ ਜਿਹਾ ਟਰੱਕ ਹੁੰਦਾ, ਮਸੀਂ ਚੱਲਦਾ ਹੁੰਦਾ, ਉਹਦੇ ਪਿੱਛੇ ਲਿਖਾਇਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਹਾਂਜੀ ਹਾਂਜੀ, ਜਦਕਿ ਉਹਨੂੰ ਪੁੱਛੇ ਵੀ ਜਿਹੜਾ ਬੰਦਾ ਇਹਨੂੰ ਨਜ਼ਰ ਲਾਊਗਾ ਉਹਦੀ ਆਪਦੀ ਨਜ਼ਰ ਖਰਾਬ ਹੋ ਜਾਣੀ ਹੈ। ਹਾਂਜੀ ਹਾਂਜੀ, ਪਰ ਉਹ ਇੱਕ ਕਲਚਰ ਕਹਿ ਲਓ, ਸੱਭਿਆਚਾਰ ਕਹਿ ਲਓ। ਆਪਾਂ ਕਿੰਨੀ ਵੱਡੀ ਵਧੀਆ ਕੋਠੀ ਪਾਉਂਦੇ ਹਾਂ, ਉਹਦੇ 'ਤੇ ਭੂਤ ਲਾ ਦਿੰਦੇ ਹਾਂ ਜਾਂ ਉਹਦੇ 'ਤੇ ਘੜਾ ਤੌੜੀ ਮੂਧੀ ਮਾਰ ਦਿੰਦੇ ਹਾਂ, ਇਹ ਭਾਜੀ ਜਿਹੜੀਆਂ ਛੋਟੀਆਂ ਗੱਲਾਂ ਹੈ, ਇਹ ਤਾਂ ਮਾਨਸਿਕਤਾ ਦੀ। ਚਲੋ ਇਹ ਵੀ ਨਾਲ ਨਾਲ ਚੱਲਦਾ ਨਾ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਅਦਰ ਬਾਕੀ ਜਿੱਥੇ ਤੁਹਾਡਾ ਗਡਾਊਨ ਹੈਗਾ ਇੱਧਰ ਵੀ ਗੇੜਾ ਮਾਰਦੇ ਹਾਂ। ਹਾਂਜੀ ਭਾਅ, ਅਤੇ ਚਲੋ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਗੱਲਬਾਤ ਕਰਕੇ। ਦਾ ਟਰੱਕ ਸ਼ੋ ਮਾਈਲਜ ਇਨ ਸਟਾਈਲ ਦੇ ਵਿੱਚ ਅਸੀਂ ਬੈਸਟ ਪ੍ਰਾਈਸ ਜਿਹੜੀ ਸਟੋਕਟਨ ਦੇ ਵਿੱਚ, ਜਿੱਥੋਂ ਹਰ ਤਰ੍ਹਾਂ ਦਾ ਟਰੱਕਾਂ ਦਾ, ਟ੍ਰੇਲਰਾਂ ਦਾ ਅਤੇ ਰੀਫਰਾਂ ਦਾ ਸਪੇਅਰ ਪਾਰਟ ਕਹਿ ਲਓ ਜਾਂ ਸਮਾਨ ਕਹਿ ਲਓ, ਸਾਰਾ ਇੱਥੋਂ ਮਿਲਦਾ। ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਦੇਖਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਗੱਲਬਾਤ, ਦੇਖਦੇ ਜਸ ਪੰਜਾਬੀ।
ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਦ ਟਰੱਕ ਸ਼ੋ ਮਾਈਲਜ਼ ਇਨ ਸਟਾਈਲ, ਅੱਜ ਬੈਸਟ ਪ੍ਰਾਈਸ ਸਟੋਕਟਨ ਕੈਲੀਫੋਰਨੀਆ ਦੇ ਵਿੱਚੋਂ। ਹੁਣ ਸਾਡੇ ਨਾਲ ਜੁੜੇ ਨੇ ਮਨੀਤਪਾਲ ਦਿਓਲ, ਜਿਹੜੇ ਗਲੋਬਲ ਮਲਟੀ ਸਰਵਿਸ ਤੋਂ ਨੇ। ਭਾਅ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਦੁਬਾਰਾ। ਅਤੇ ਤੁਸੀਂ ਇੱਥੇ ਇਹਨਾਂ ਕੋਲ ਕਿਵੇਂ, ਮਨਪ੍ਰੀਤ ਭੁੱਲਰ ਹੋਣਾ ਕੋਲ ਇਸ ਬੈਸਟ ਪ੍ਰਾਈਸ ਜਿਹੜੀ ਸ਼ੋਅ 'ਤੇ ਹੈ? ਹਾਂਜੀ ਭਾਅ ਜੀ, ਸਾਡੇ ਗਲੋਬਲ ਮਲਟੀ ਸਰਵਿਸ ਸਾਡਾ ਇੱਕ ਪਰਮੈਟਿਕ ਸਰਵਿਸ ਦਾ ਬਿਜ਼ਨਸ ਤਾਂ ਹੈਗਾ, ਪਰ ਉਹਦੇ ਨਾਲ ਨਾਲ ਸਾਡੇ ਕੋਲ ਪ੍ਰੀਮੀਅਮ ਟਰੱਕ ਐਂਡ ਟ੍ਰੇਲਰ ਰਿਪੇਅਰ ਦੇ ਨਾਂ ਦੇ ਉੱਤੇ ਸ਼ੋਪ ਆ, ਜਿਹੜੀ ਕਿ ਅਸੀਂ ਆਪਰੇਟ ਕਰਦੇ ਹਾਂ ਸਟੋਕਟਨ ਸੇਮ ਲੋਕੇਸ਼ਨ ਤੋਂ ਜੀ। ਅਤੇ ਇਹ ਸਾਡੇ ਪ੍ਰਫਰਡ ਵੈਂਡਰ ਨੇ ਪਾਰਟਸ ਵਾਸਤੇ, ਅਤੇ ਅਸੀਂ ਇਹਨਾਂ ਕੋਲ ਮੋਸਟਲੀ ਸਾਰੇ ਪਾਰਟ ਇਹਨਾਂ ਤੋਂ ਹੀ ਖਰੀਦਦੇ ਹਾਂ। ਸਾਡੇ ਭਰਾ ਨੇ, ਸਾਡੇ ਭਰਾਵਾਂ ਦੀ ਨਵਾਂ ਕੰਮ ਖੋਲ੍ਹਿਆ ਸਾਡੇ ਭਰਾਵਾਂ ਨੇ, ਅਤੇ ਜਿੰਨਾ ਵੀ ਸਾਨੂੰ ਕੋਈ ਪਾਰਟਸ ਦੀ ਲੋੜ ਪੈਂਦੀ ਆ ਅਸੀਂ ਇਹਨਾਂ ਕੋਲ ਹੀ ਲੈਂਦੇ ਜ਼ਿਆਦਾਤਰ ਜੀ। ਜਿਵੇਂ ਇਹਨਾਂ ਨੇ ਬੈਸਟ ਪ੍ਰਾਈਸ ਦੀ ਗੱਲ ਕੀਤੀ ਆ, ਔਰ ਵਾਕਈ ਪ੍ਰਾਈਸ ਇਹਨਾਂ ਦੀ ਬੈਸਟ ਆ। ਅੱਜ ਵੀ ਮੈਂ ਹੁਣ ਆਪਾਂ ਜੋ ਸ਼ੂਟਿੰਗ ਕਰ ਰਹੇ ਸਵੇਰ ਦੇ, ਮੈਂ ਦੇਖ ਰਿਹਾ ਵੀ ਕਸਟਮਰ ਆ ਰਹੇ ਨੇ ਕਾਫੀ, ਹਾਲਾਂਕਿ ਕੰਮ ਨਵਾਂ ਹੋਣ ਦੇ ਬਾਵਜੂਦ ਪੰਜਾਬੀਆਂ ਤੋਂ ਇਲਾਵਾ ਦੂਜੇ ਕਸਟਮਰ ਵੀ ਇਹਨਾਂ ਕੋਲ ਆਉਂਦੇ ਨੇ। ਹਾਂਜੀ, ਸੋ ਉਮੀਦ ਹੈ ਵੀ ਇਹ ਏਰੀਆ ਸਹੀ ਹੈ ਇਹ ਕੰਮ ਕਰ ਵਾਸਤੇ, ਸਾਰਾ ਸੈਂਟਰ ਪੈਂਦਾ ਟਰੱਕ। ਹਾਂਜੀ ਭਾਈ, ਇਹ ਸਟੋਕਟਨ ਇੱਕ ਹੱਬ ਹੀ ਹੈ, ਸਟੋਕਟਨ ਸ਼ਹਿਰ ਜਿਹੜਾ ਟਰਾਂਸਪੋਰਟੇਸ਼ਨ ਬਿਜ਼ਨਸ ਦਾ ਇੱਕ ਹੱਬ ਆ, ਪਰ ਇਹਨਾਂ ਜਦੋਂ ਲਾਸਟ ਈਅਰ ਕੰਮ ਖੋਲ੍ਹਿਆ ਸੀਗਾ ਉਦੋਂ ਇੱਦਾਂ ਲੱਗਦਾ ਸੀ ਵੀ ਲੋਕੇਸ਼ਨ ਥੋੜ੍ਹੀ ਹੈਗੀ ਹੈ, ਪਰ ਫਿਰ ਵੀ ਭਾਈ ਹੁਣਾਂ ਦਾ ਬਹੁਤ ਵਧੀਆ ਕੰਮ ਚੱਲਦਾ ਆ। ਇਹਨਾਂ ਕੋਲ ਤਕਰੀਬਨ ਸਾਰੇ ਪਾਰਟ ਮਿਲ ਜਾਂਦੇ ਜਿਹੜੇ ਪਾਰਟ ਆਪਾਂ ਨੂੰ ਲੋੜ ਪੈਂਦੀ ਆ। ਇਹਨਾਂ ਦੀ ਇੱਕ ਜਿਹੜੀ ਚੰਗੀ ਗੱਲ ਆ ਉਹ ਇਹ ਆ ਵੀ ਜਦੋਂ ਮਰਜ਼ੀ ਭਾਵੇਂ ਰਾਤ ਹੋਏ ਜਿੱਦਾਂ ਮਰਜ਼ੀ ਪਾਰਟ ਪ੍ਰੋਵਾਈਡ ਕਰਵਾ ਦਿੰਦੇ ਆ ਜੀ ਜੀ। ਅਤੇ ਉਹ ਜਿਹੜੀ ਚੀਜ਼ ਆ ਉਹ ਜਦੋਂ ਇੱਕ ਟਰੱਕਰ ਜਿਹੜਾ ਰੋਡ ਦੇ ਉੱਤੇ ਆ ਇਸ ਵੇਲੇ, ਜਦੋਂ ਉਹਦਾ ਟਰੱਕ ਔਨ ਰੋਡ ਹੋ ਜਾਂਦਾ ਛੇਤੀ ਤੋਂ ਛੇਤੀ ਜੀ, ਅਤੇ ਉਹ ਭਾਈ ਫਿਰ ਉਹ ਹੈਲਪ ਹੁੰਦੀ ਆ ਸਾਨੂੰ ਟਰਾਂਸਪੋਰਟੇਸ਼ਨ ਬਿਜ਼ਨਸ ਦੇ ਵਿੱਚ, ਬਹੁਤ ਵੱਡਾ ਹੈਲਪ ਆ ਸਾਡੇ ਲਈ, ਬਹੁਤ ਵੱਡੀ ਹੈਲਪ ਆ ਕਿਉਂਕਿ ਐਜ਼ ਏ ਰਿਪੇਅਰ ਸ਼ੋਪ ਰਨ ਕਰਨ ਵਾਸਤੇ ਸਾਨੂੰ ਹਰ ਇੱਕ ਚੀਜ਼ ਇਹਨਾਂ ਤੋਂ ਮਿਲ ਜਾਂਦੀ ਹੈ ਜੀ ਜੀ। ਬਹੁਤ ਚੰਗੀ ਗੱਲ ਆ, ਔਰ ਇਹ ਇਹਨਾਂ ਦੀ ਮੈਂ ਕਹਿੰਦਾ ਸਾਡੇ ਵਾਸਤੇ ਬਹੁਤ ਚੰਗੀ ਗੱਲ ਆ, ਟਰੱਕਾਂ ਵਾਲਿਆਂ ਵਾਸਤੇ ਬੜੀ ਚੰਗੀ ਗੱਲ ਹੈ। ਅਤੇ ਅਦਰਵਾਈਜ਼ ਅਸੀਂ ਕਿਸੇ ਗੋਰੇ ਕੋਲ ਕੋਈ ਸਮਾਨ ਲੈਣ ਜਾਂਦੇ ਹਾਂ ਅਤੇ ਉਹ ਤਾਂ ਇੱਕ ਮਿੰਟ ਮਿੰਟ ਦੇ ਪੈਸੇ ਲੈਂਦੇ ਨੇ ਵੀ ਆਹ ਵੀ ਕੁਛ ਵੀ ਕਰਨਾ, ਪਰ ਇਹ ਇਹਨਾਂ ਦੀ ਮਨਪ੍ਰੀਤ ਭੁੱਲਰ ਹੋਣਾ ਦੀ ਬਹੁਤ ਵਧੀਆ ਗੱਲ ਹੈਗੀ ਹੈ। ਚਲੋ ਆਪਾਂ ਥੋੜ੍ਹੀ ਜਿਹੀ ਗੱਲ ਤੁਹਾਡੇ ਬਿਜ਼ਨਸ ਬਾਰੇ ਦੁਬਾਰਾ ਕਰਦੇ ਹਾਂ। ਗਲੋਬਲ ਮਲਟੀ ਸਰਵਿਸ ਜਿਹੜਾ ਹੈਗਾ, ਵੈਸੇ ਆਪਾਂ ਕੀਤਾ ਸੀ ਪਹਿਲਾਂ ਪ੍ਰੋਗਰਾਮ, ਫਿਰ ਵੀ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੁਬਾਰਾ ਦੱਸ ਦਿਓ ਵੀ ਕੀ ਸਰਵਿਸ ਤੁਹਾਡੀਆਂ ਹੈਗੀਆਂ। ਅਸੀਂ ਗਲੋਬਲ ਮਲਟੀ ਸਰਵਿਸ 'ਤੇ ਅਸੀਂ IRP ਪਲੇਟਸ, ਪਰਮਿਟਿੰਗ ਸਰਵਿਸਿਸ, ਜੇ ਕਿਸੇ ਨੇ ਕਾਰਪੋਰੇਸ਼ਨ ਪਾਉਣੀ ਆ, ਬੇਸਿਕਲੀ ਜੇ ਕਿਸੇ ਨੇ ਸਕਰੈਚ ਤੋਂ ਬਿਜ਼ਨਸ ਸ਼ੁਰੂ ਕਰਨਾ, ਅਸੀਂ ਸਾਰੀ ਹੈਲਪ ਕਰਦੇ ਹਾਂ ਉਹਦੇ। ਪਿਛਲੇ 15 ਸਾਲਾਂ ਤੋਂ ਅਸੀਂ ਸਟੋਕਟਨ ਏਰੀਆ ਦੇ ਵਿੱਚ ਇਹ ਸਰਵਿਸ ਪ੍ਰੋਵਾਈਡ ਕਰਦੇ ਹਾਂ। ਉਹਦੇ ਨਾਲ ਨਾਲ ਅਸੀਂ ਰਿਪੇਅਰ ਸ਼ੋਪ, ਟਰੱਕ ਵਾਸ਼ ਅਤੇ ਟਰੱਕ ਡੀਕੈਲਸ ਦਾ ਵੀ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ ਜੀ। ਥੈਂਕ ਯੂ ਭਾਅ ਜੀ, ਬਹੁਤ ਮਿਹਰਬਾਨੀ ਤੁਹਾਡੀ ਜਾਣਕਾਰੀ ਦੇਣ ਵਾਸਤੇ। ਓਕੇ, ਦੁਬਾਰਾ ਫਿਰ ਦਰਸ਼ਨ ਮੇਲੇ ਹੋਣਗੇ ਜ਼ਰੂਰ। ਜ਼ਰੂਰ ਜ਼ਰੂਰ, ਜਦੋਂ ਮਰਜ਼ੀ। ਥੈਂਕ ਯੂ, ਓਕੇ ਭਾਈ। ਜੀ ਹੁਣ ਸਾਡੇ ਨਾਲ ਜੁੜੇ ਨੇ ਅਮਨਦੀਪ ਸਿੰਘ ਰਿਆੜ ਸਾਹਿਬ। ਵਾਹ ਜੀ ਵਾਹ, ਔਰ ਤੁਸੀਂ ਵੀ ਇਸੇ ਬਿਜ਼ਨਸ ਦੇ ਵਿੱਚੋਂ ਨਾਲ ਭੁੱਲਰ ਸਾਹਿਬ ਦੇ ਕੰਮ ਕਰ ਰਹੇ ਹੋ ਅਤੇ ਨਾਲ ਦੀ ਨਾਲ ਰੀਫਰ ਦੀ ਰਿਪੇਅਰ ਵੀ ਕਰਦੇ ਹੋ। ਹਾਂਜੀ, ਪਹਿਲਾਂ ਅਸੀਂ ਇਸ ਸਟੋਰ ਦੀ ਅਗਰ ਗੱਲ ਕਰੀਏ ਤਾਂ ਇਹ ਫਿਰ ਤੁਸੀਂ ਵੀ ਨਾਲ ਇਕੱਠੇ ਸ਼ੁਰੂ ਕੀਤਾ ਉਹਨਾਂ ਦੇ, ਇਕੱਠੇ ਹੀ ਦਿਮਾਗ ਦੇ ਵਿੱਚ ਆਇਆ? ਹਾਂਜੀ, ਐਕਚੁਲੀ ਮਨਪ੍ਰੀਤ ਟਰੱਕਿੰਗ ਦਾ ਕੰਮ ਕਰਦਾ ਸੀਗਾ ਅਤੇ ਮੈਂ ਟਰੱਕਿੰਗ ਤੋਂ ਬਾਅਦ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਰੀਫਰਾਂ ਦਾ। ਅੱਛਾ, ਅਤੇ ਸਪੱਬੀ ਅਸੀਂ ਦੋਵਾਂ ਦੀ ਸਾਡੀ ਸਲਾਹ ਹੋਈ ਵੀ ਇਹ ਪਾਰਟ ਦਾ ਸ਼ੁਰੂ ਕਰਦੇ ਹਾਂ, ਕਿਉਂ ਪਾਰਟ ਦਾ ਭਾਅ ਜੀ ਫਰਕ ਬਹੁਤ ਆ ਡੀਲਰ ਦੀ ਪ੍ਰਾਈਸ ਦਾ ਅਤੇ ਸਾਡਾ। ਅੱਛਾ, ਅਤੇ ਕਿਉਂ ਮੈਂ ਯੂਜ਼ ਕਰਦਾ ਪਾਰਟਸ ਡੀਲਰ ਦੇ, ਹੈ ਨਾ, ਪ੍ਰੋਬਲਮ ਦੇ ਵਿੱਚ ਰੀਫਰ ਵਾਲੇ ਕੰਮ 'ਚ, ਅਤੇ ਇਸ ਕਰਕੇ ਸਾਨੂੰ ਵਧੀਆ ਲੱਗਾ। ਮਤਲਬ ਡੀਲਰ ਦਾ ਬਹੁਤ, ਮਤਲਬ ਈਵਨ 75% ਦਾ ਫਰਕ ਆ ਪ੍ਰਾਈਸ ਦਾ। ਅੱਛਾ, ਤੇ ਜੇ ਤੋਂ ਅਸੀਂ ਸੋਚਿਆ ਵੀ ਇਹ ਕੰਮ ਕਰਦੇ ਵਧੀਆ। ਡੀਲਰ ਇਹਨੇ ਮਹਿੰਗਾ ਕਿਉਂ ਲਾਉਂਦੇ ਆ ਤੁਸੀਂ? ਮਤਲਬ ਇੱਕ ਤਾਂ ਇਹ ਸਿਰਫ ਆਪਣੇ ਪੰਜਾਬੀ ਕਮਿਊਨਿਟੀ ਵਾਸਤੇ ਪ੍ਰਾਈਸ ਘੱਟ ਰੱਖੀ ਆ ਜਾਂ ਵੈਸੇ ਸਾਰਿਆਂ ਵਾਸਤੇ ਕੋਈ ਵੀ ਆਵੇ ਤੁਹਾਡੀ ਪ੍ਰਾਈਸ ਉਹੀ? ਨਹੀਂ ਭਾਅ ਜੀ, ਸਾਰਿਆਂ ਵਾਸਤੇ ਹੀ ਆ। ਡੀਲਰ ਦਾ ਖਰਚਾ ਵੀ ਜ਼ਿਆਦਾ ਆ ਅਤੇ ਸਾਡਾ ਹੁਣ ਉਸ ਹਿਸਾਬ ਨਾਲ, ਮਤਲਬ ਸਾਡਾ ਵੇਅਰ ਹਾਊਸ ਵੀ ਛੋਟਾ ਆ, ਖਰਚਾ ਨਹੀਂ ਇੰਨਾ, ਜਿਸ ਤੋਂ ਅਸੀਂ ਮਤਲਬ ਆਪਣੀ ਥੋੜ੍ਹਾ ਪ੍ਰਾਈਸ ਘੱਟ ਰੱਖੀ ਆ। ਠੀਕ ਹੈ, ਤੁਸੀਂ ਫਿਰ ਰੀਫਰ ਦਾ ਕੰਮ ਕਿੰਨੀ ਦੇਰ ਤੋਂ ਕਰ ਰਹੇ ਹੋ? ਸਾਨੂੰ ਆਲਮੋਸਟ 8 ਈਅਰ ਹੋ ਗਏ ਭਾਅ ਜੀ। ਅੱਛਾ ਜੀ, 8 ਸਾਲ ਤੋਂ। ਹੁਣ ਵੀ ਕਰਦੇ ਹੋ? ਕਰਦਾ ਹਾਂ ਜੀ ਨਾਲ। ਅੱਛਾ, ਅਤੇ ਇੱਧਰ ਵੀ ਆਉਣਾ, ਰੀਫਰ ਦਾ ਵੀ ਕਰਦਾ ਹਾਂ, ਪਰ ਹੁਣ ਸੋਚਦੇ ਹਾਂ ਵੀ ਰੀਫਰ 'ਤੇ ਕੋਈ ਨਾਲ ਇੰਪਲੋਈ ਰੱਖ ਕੇ ਇੱਧਰ ਆਪਾਂ ਕਰੀਏ, ਕਿਉਂ ਇਹ ਅਸੀਂ ਦੋਵੇਂ ਇਹ ਕੰਮ ਲਾਈ ਕਰਦੇ ਹਾਂ ਜ਼ਿਆਦਾ। ਬਿਲਕੁਲ ਜੀ, ਕੰਮ ਤਾਂ ਬੰਦੇ ਤਾਂ ਚਾਹੀਦੇ ਆ। ਹਾਂਜੀ ਹਾਂਜੀ, ਜੇ ਅਸੀਂ ਇਹ ਵੀ ਸੋਚੀਏ ਵੀ ਆਹ ਵੀ ਕਰ ਲਈਏ ਉਹ ਵੀ ਕਰ ਲਈਏ, ਕੰਮ ਥੋੜ੍ਹਾ ਔਖਾ ਹੋ ਜਾਂਦਾ ਵੈਸੇ ਇੱਧਰਲੇ ਮੁਲਕਾਂ 'ਚ ਕਰਨੇ ਪੈਂਦੇ। ਹਾਂਜੀ, ਤੁਹਾਡਾ ਕਿਹੜਾ ਏਰੀਆ ਪੰਜਾਬ ਤੋਂ? ਮੇਰਾ ਜੀ ਗੁਰਦਾਸਪੁਰ ਡਿਸਟ੍ਰਿਕਟ ਹੈ ਜੀ, ਜੋਗਾ ਸਿੰਘ ਜੋਗੀ ਦਾ ਪਿੰਡ ਹੈ ਤੁਗਲੋਲਾ। ਹਾਂਜੀ, ਕਾਫੀ ਦੇਰ ਹੋ ਗਈ ਫਿਰ ਇੱਧਰ? ਹਾਂਜੀ, ਮੈਂ 2004 'ਚ ਆਇਆ ਜੀ।
ਅੱਛਾ ਇਹ ਜਿਹੜਾ ਬੈਸਟ ਪ੍ਰਾਈਸ ਇਹ ਹੈਗਾ, ਅਸੀਂ ਗੱਲ ਕਰਦੇ ਹਾਂ ਹਰ ਤਰ੍ਹਾਂ ਦੇ ਪਾਰਟਸ ਇੱਥੇ ਮਿਲਦੇ ਨੇ, ਟਰੱਕਾਂ ਦੇ, ਰੀਫਰਾਂ ਦੇ, ਟ੍ਰੇਲਰਾਂ ਦੇ, ਹਾਂਜੀ ਤੁਹਾਡੇ ਕੋਲ ਹੈਗੇ ਨੇ? ਹਾਂਜੀ ਅਗਰ ਹੁਣ ਇਹ, ਵੈਸੇ ਤਾਂ ਸਾਡੀ ਪੂਰੀ ਦੁਨੀਆਂ ਦੇ ਵਿੱਚ ਤੁਹਾਨੂੰ ਇਸ ਸਮੇਂ ਦੇਖ ਰਹੇ ਨੇ ਪੰਜਾਬੀ, ਹਾਂਜੀ, ਅਤੇ ਫਿਰ ਵੀ ਕੋਈ ਬਾਹਰੋਂ ਆਉਂਦਾ, ਕੋਈ ਨਿਊਯਾਰਕ ਤੋਂ ਆਉਂਦਾ, ਕੋਈ ਹੋਰ ਕਿਤੇੋਂ ਆ ਕੇ ਇੱਥੇ ਆਉਂਦੇ ਸਟੋਕਟਨ ਦੇ ਵਿੱਚ ਆਉਂਦੇ ਨੇ, ਹਾਂਜੀ, ਤਾਂ ਉਹਨਾਂ ਨੂੰ ਫਿਰ ਲੱਭਦੇ ਨੇ ਵੀ ਅਸੀਂ ਇੱਥੋਂ ਕਿੱਥੋਂ, ਸਾਨੂੰ ਪ੍ਰੋਬਲਮ ਪਈ ਹੈ, ਸਪੇਅਰ ਪਾਰਟ ਚਾਹੀਦਾ, ਕਿੱਥੋਂ ਲਈਏ? ਮੈਂ ਚਾਹਾਂਗਾ ਸਾਡੇ ਦਰਸ਼ਕਾਂ ਵਾਸਤੇ ਵੀ ਤੁਸੀਂ ਇਹ ਦੱਸੋ ਜ਼ਰੂਰ ਇਹ ਲੋਕੇਸ਼ਨ ਕਿੱਥੇ ਪੈਂਦੀ ਹੈ ਸਟੋਕਟਨ ਦੇ ਵਿੱਚ, ਅਤੇ ਬੇਸ਼ੱਕ ਫੋਨ ਨੰਬਰ ਵੀ ਦੱਸ ਦਿਓ, ਅਸੀਂ ਵੈਸੇ ਸਕਰੀਨ 'ਤੇ ਲਿਖਿਆ ਵੀ ਆਏਗਾ। ਹਾਂਜੀ ਸਾਡੀ ਲੋਕੇਸ਼ਨ ਜੀ ਬਿਲਕੁਲ ਇਹਦੇ 99 ਫ੍ਰੀਵੇ ਆ, ਉਹਦੇ ਬਿਲਕੁਲ ਉੱਪਰ ਹੀ ਆ, ਕੋਲ ਸਾਹਮਣੇ ਸਾਡੇ ਐਮਾਜ਼ਾਨ ਦਾ ਵੇਰਹਾਊਸ ਆ। 99 ਤੇ 250-250 ਐਗਜ਼ਿਟ ਨਿਕਲਦਾ ਸਿੱਧਾ ਹੀ। ਹਾਂਜੀ ਹਾਂਜੀ ਕੱਟ ਕੇ ਆਏ ਮੈਨੂੰ। ਹਾਂਜੀ ਹਾਂਜੀ ਹਾਂ, ਤੇ ਸਾਡਾ ਐਡਰੈਸ ਹੈਗਾ ਜੀ 4646 ਕੁਆਂਟਸ ਲੇਨ, ਤੇ ਯੂਨਿਟ ਨੰਬਰ ਹੈਗਾ ਜੀ 12B12 ਸਟੋਕਟਨ, ਤੇ ਜ਼ਿਪ ਕੋਡ ਹੈਗਾ ਜੀ 95206। ਬਿਲਕੁਲ, ਚਲੋ ਬੜੀ ਵਧੀਆ ਗੱਲ ਹੈ। ਅਤੇ ਜਿਹੜੇ ਟਰੈਕਿੰਗ ਨਾਲ ਸੰਬੰਧਿਤ ਸਾਡੇ ਸਾਰੇ ਲੋਕ ਇਸ ਸਮੇਂ ਦੇਖ ਰਹੇ ਹੋਣਗੇ ਪ੍ਰੋਗਰਾਮ, ਕਿਉਂਕਿ ਟੀਵੀ 'ਤੇ ਕਈ ਨਹੀਂ ਦੇਖ ਸਕਦੇ, ਬਾਅਦ ਦੇ ਵਿੱਚ ਫਿਰ ਯੂਟਿਊਬ ਵਗੈਰਾ 'ਤੇ ਸਾਡੇ ਜਿੰਨੇ ਤਕਰੀਬਨ ਟਰੈਕਿੰਗ ਨਾਲ ਸੰਬੰਧਿਤ ਪ੍ਰੋਗਰਾਮ ਹੈਗੇ ਨੇ, ਹਾਂਜੀ, ਉਹ ਦੇਖਦੇ ਨੇ ਲੋਕ ਯੂਟਿਊਬ 'ਤੇ ਦੇਖ ਕੇ, ਸਾਨੂੰ ਫੀਡਬੈਕ ਵੀ ਦਿੰਦੇ ਨੇ। ਹਾਂਜੀ, ਤੁਸੀਂ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਇਸ ਸਮੇਂ ਜਸ ਪੰਜਾਬੀ ਦੇਖ ਰਹੇ ਨੇ? ਤੁਹਾਡਾ ਇਹ ਬਹੁਤ ਵਧੀਆ ਬੈਸਟ ਪ੍ਰਾਈਸ ਨਾਂ ਆਇਆ, ਅਤੇ ਪ੍ਰਾਈਸ ਵੀ ਤੁਹਾਡੀ ਇੱਥੇ ਬੈਸਟ ਹੈ, ਅਤੇ ਹੋਰ ਕੀ ਖਾਸੀਅਤ ਤੁਹਾਡੇ ਕੋਲ ਹੈਗੀ, ਕੀ ਵੱਖਰੀ ਚੀਜ਼ ਹੈਗੀ ਬਾਕੀ ਡੀਲਰਾਂ ਨਾਲੋਂ, ਕੀ ਵੱਖਰੇ ਸਪੇਅਰ ਪਾਰਟ ਨੇ, ਕੀ ਵੱਖਰੇ ਟਰੱਕਾਂ ਦੀ ਡੈਕੋਰੇਸ਼ਨ ਵਾਸਤੇ ਜਿਵੇਂ ਪੰਜਾਬ 'ਚ ਆਪਣੇ ਰੱਖਦੇ ਹੈਗਾ ਸਾਰਾ ਕੁਛ? ਹਾਂਜੀ, ਜਿਹੜਾ ਪੰਜਾਬ ਦੇ ਵਿੱਚ ਆਪਾਂ ਜਿੱਦਾਂ ਪਰਾਂਦੀਆਂ ਹੁੰਦੀਆਂ ਜਾਂ ਜਿਹੜਾ ਆਪਾਂ ਕੈਬ ਦੇ ਅੰਦਰ ਝਾਲਰ ਜੀ ਲਾਉਂਦੇ ਹਾਂ ਨਾ, ਉਹ ਸਾਰਾ ਕੁਛ ਆ ਹੁਣ ਜਨਵਰੀ ਦੇ ਵਿੱਚ ਆ ਜਾਣਾ। ਵਾਹ ਜੀ ਵਾਹ। ਅਤੇ ਬਾਕੀ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ, ਤਾਂ ਕੋਈ ਰੀਫਰ ਦੀ ਪ੍ਰੋਬਲਮ ਆ ਜਾਂ ਕੋਈ ਏਸੀ ਦੀ ਜਾਂ ਕੋਈ ਟਰੱਕ ਦਾ ਕੋਈ ਪਾਰਟ, ਜਦੋਂ ਮਰਜ਼ੀ ਕਾਲ ਕਰੋ ਸਾਡੇ ਸੈੱਲ ਨੰਬਰ 'ਤੇ, ਅਤੇ ਅਸੀਂ ਹੈਲਪ ਜੀ ਮਤਲਬ ਕਰਦੇ ਹਾਂ ਬਹੁਤ ਜ਼ਿਆਦਾ। ਦੇਖੋ ਜੀ, ਇਹ ਵੀ ਤੁਹਾਡਾ ਇੱਕ ਬੜੱਪਣ ਕਹਿ ਲਓ ਜਾਂ ਚੰਗੀ ਗੱਲ ਹੈਗੀ ਆ ਕਿ ਤੁਸੀਂ ਸ਼ੋਪ ਅਗਰ ਕਲੋਜ਼ ਵੀ ਹੈ ਤਾਂ ਉਸ ਤੋਂ ਬਾਅਦ ਵੀ ਕੋਈ ਤੁਹਾਨੂੰ ਫੋਨ ਅਗਰ ਕਰਦਾ ਤੇ ਆ ਕੇ ਤੁਸੀਂ ਉਹਨੂੰ ਪਾਰਟ ਦੇ ਦਿੰਦੇ। ਹਾਂਜੀ, ਰਾਤ ਨੂੰ ਜਦੋਂ ਮਰਜ਼ੀ ਕਾਲ ਕਰੋ ਤਾਂ ਅਸੀਂ ਮਤਲਬ ਆਈਦਾ, ਕਿਉਂਕਿ ਮੈਂ ਆ ਜਾਣਾ ਜਾਂ ਮਨਪ੍ਰੀਤ ਕੋਈ ਕੋਈ ਨਾ ਕੋਈ ਇੱਕ ਜਣਾ, ਕਿਉਂਕਿ ਬਾਕੀ ਜਿਹੜੇ ਡੀਲਰ ਵਗੈਰਾ ਨੇ ਤਾਂ ਜੇ 5 ਵਜੇ ਦਾ ਟਾਈਮ ਹੈ ਤਾਂ 5 ਵਜੇ ਕਿਤੋਂ 1 ਮਿੰਟ ਵੀ ਉੱਤੇ ਹੋ ਗਿਆ ਤਾਂ ਕਹਿੰਦੇ ਜੀ ਮਾਈ ਟਾਈਮ ਇਜ਼ ਓਵਰ। ਹਾਂਜੀ ਹਾਂਜੀ, ਸੋ ਸੋਰੀ। ਸੋ ਅਮਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਥੈਂਕ ਯੂ ਤੁਹਾਡਾ ਬਹੁਤ 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 ਥੈਂਕ ਯੂ। ਗੱਲਾਂ ਬਾਤਾਂ ਚੱਲ ਰਹੀਆਂ ਨੇ ਇੱਥੋਂ ਬੈਸਟ ਪ੍ਰਾਈਸ ਸਟੋਕਟਨ, ਟਰੱਕ ਟ੍ਰੇਲਰ ਅਤੇ ਰੀਫਰਾਂ ਦਾ ਸਪੇਅਰ ਪਾਰਟ ਮਿਲਦਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕਰਦੇ ਹਾਂ ਗੱਲਬਾਤ ਮਨਪ੍ਰੀਤ ਸਿੰਘ ਭੁੱਲਰ ਹੋਣਾ ਨਾਲ, ਦੇਖਦੇ ਰਹੋ ਜਸ ਪੰਜਾਬੀ। ਬਹੁਤ ਬਹੁਤ ਸਵਾਗਤ ਜੀ ਬ੍ਰੇਕ ਤੋਂ ਬਾਅਦ ਦਾ ਟਰੱਕ ਸ਼ੋ ਮਾਈਲਜ ਇਨ ਸਟਾਈਲ ਦੇ ਵਿੱਚ। ਬੈਸਟ ਪ੍ਰਾਈਸ ਸਟੋਕਟਨ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਗਡਾਊਨ ਦਾ ਗੇੜਾ ਕੱਢ ਕੇ ਆਏ ਹਾਂ, ਮਿਲ ਗਿਲ ਕੇ ਆਏ। ਉੱਥੇ ਵੀ ਸਾਡੇ ਇੱਥੇ ਜਿਹੜੇ ਮਹਿਮਾਨ ਆਏ ਹੋਏ ਆ ਟਰੱਕਾਂ ਨਾਲ ਸੰਬੰਧਿਤ, ਅਤੇ ਹੁਣ ਫਿਰ ਇੱਕ ਵਾਰ ਗੱਲਬਾਤ ਕਰਦੇ ਹਾਂ ਮਨਪ੍ਰੀਤ ਸਿੰਘ ਭੁੱਲਰ ਸਾਹਿਬ ਦੇ ਨਾਲ। ਹਾਂਜੀ ਭੁੱਲਰ ਸਾਹਿਬ, ਮੈਂ ਕਹਿੰਦਾ ਬਹਿ ਜਾ ਕਰਾਈ ਪਈ ਹੈ ਅੰਦਰ, ਬਹੁਤ ਪਾਰਟਸ, ਹਰ ਤਰ੍ਹਾਂ ਦੇ ਪਾਰਟਸ ਪਏ ਨੇ। ਹਾਂਜੀ, ਅਤੇ ਜਗ੍ਹਾ ਨਾਫਾ ਇੰਨੀ ਜਾਂ ਹੋਰ ਹਜੇ ਚਾਹੀਦੀ ਹੋਊ ਟਰੱਕਾਂ ਪਾਰਟ ਵਾਸਤੇ? ਨਹੀਂ ਭਾਅ ਜੀ, ਜਗ੍ਹਾ ਤਾਂ ਹੁਣ ਸਾਨੂੰ ਇਹਦੇ ਨਾਲੋਂ ਜ਼ਿਆਦਾ ਚਾਹੀਦੀ ਹੈ। ਇਹ ਤਾਂ ਤੁਸੀਂ ਦੇਖ ਹੀ ਲਿਆ ਵੀ ਸਮਾਨ ਸਾਡੇ ਕੋਲ ਸਾਰਾ ਟਿਕਾਉਣ ਤੋਂ ਬਾਅਦ ਵੀ ਸਾਰੀ ਫਲੋਰ ਵੀ ਸਾਰੀ ਭਰੀ ਪਈ ਹੈ, ਅਤੇ ਕਈ ਵਾਰੀ ਸਮਾਨ ਲਾਉਣਾ ਹੁੰਦਾ ਤਾਂ ਵੀ ਔਖਾ ਹੋ ਜਾਂਦਾ ਫਿਰਨਾ। ਇੱਥੇ ਵੀ ਹੈ ਪੰਜਾਬ ਵਾਲਾ ਵੀ ਗੁਆਂਢੀਆਂ ਦਾ ਬਲੀਏ ਗੁਆਂਢੀਆਂ ਦੀ ਆਪਾਂ ਕਿੱਦਾਂ ਕੀ ਦੱਬਣੀ, ਚਲੋ ਮਜ਼ਾਕ ਕਰਦੇ। ਹਾਂਜੀ ਹਾਂਜੀ, ਜਗ੍ਹਾ ਮਿਲ ਜਾਏਗੀ ਤੁਹਾਨੂੰ, ਬਹੁਤ ਵਧੀਆ ਹੈਗਾ। ਹਾਂਜੀ, ਅੱਛਾ ਇੱਥੇ ਆਪਾਂ ਕੀ ਸਰਵਿਸਿਸ, ਮੈਂ ਇੱਕ ਦਿਨ ਦੇਖ ਰਿਹਾ, ਇੱਕ ਤਾਂ ਇਹ ਚੀਜ਼ ਦੇਖ ਰਹੇ ਸੀ ਕਿ 7 ਦਿਨ ਤੁਸੀਂ ਖੁੱਲ੍ਹਾ ਰੱਖਦੇ ਹੋ ਇਹ, ਹਾਂਜੀ, ਅਤੇ ਇਸ ਲੋਕਾਂ ਦੇ ਬੈਨੀਫਿਟ ਵਾਸਤੇ। ਹਾਂਜੀ, ਹੋਰ ਕੀ ਸਰਵਿਸਿਜ਼ ਹੈਗੀਆਂ ਜਾਂ ਕੀ ਬੈਨੀਫਿਟ ਜਿਹੜੇ ਹੈਗੇ ਨੇ ਸਾਡੇ ਜਿੰਨੇ ਵੀ ਟਰੱਕ ਇੰਡਸਟਰੀ ਨਾਲ ਸੰਬੰਧਿਤ ਨੇ, ਚਾਹੇ ਉਹ ਕੰਪਨੀਆਂ ਨੇ, ਚਾਹੇ ਟਰਾਂਸਪੋਰਟ ਨੇ, ਚਾਹੇ ਓਨਰ ਆਪਰੇਟਰ ਨੇ, ਚਾਹੇ ਕੋਈ ਸਿੰਗਲ ਟਰੱਕ ਵਾਲਾ, ਚਾਹੇ ਡਰਾਈਵਰ ਨੇ, ਸਾਰਿਆਂ ਨਾਲ ਸੰਬੰਧਿਤ ਚੀਜ਼ ਇੱਥੇ ਹੈਗੀ ਆ। ਹਾਂਜੀ, ਕੀ ਕਹਿਣਾ ਚਾਹੁੰਦੇ? ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਸਭ ਤੋਂ ਪਹਿਲਾਂ ਵੀ ਮੈਂ ਖੁਦ ਟਰੈਕਿੰਗ ਦੇ ਨਾਲ ਰਿਲੇਟਡ ਰਿਹਾ, ਮੇਰੀ ਟਰੈਕਿੰਗ, ਅਤੇ ਮੈਨੂੰ ਪਤਾ ਹੈ ਵੀ ਕਿਹੜੀਆਂ ਟਰੈਕਿੰਗ 'ਚ ਮੁਸ਼ਕਲਾਂ ਨੇ, ਅਤੇ ਉਹ ਸਾਰੀਆਂ ਮੁਸ਼ਕਲਾਂ ਨੂੰ ਸੋਚ ਕੇ ਮੈਂ ਜਿੱਦਾਂ ਇਸ ਕੰਮ 'ਚ ਪਿਆ ਸੀ। ਹੁਣ ਸਭ ਤੋਂ ਮੇਨ ਅਸੀਂ ਹਾਂ 7 ਡੇ ਓਪਨ, 8 o'clock ਟੂ 7 o'clock, ਉਸ ਤੋਂ ਬਿਨਾਂ ਇਹ ਜਿਹੜੀ ਸਾਡੀ ਦੁਕਾਨ ਆ, ਅਸੀਂ ਸਾਰਿਆਂ ਨੂੰ ਆਪਣੇ ਏਰੀਏ 'ਚ ਜਿਹੜਾ ਮਰਜ਼ੀ ਆ, ਭਾਵੇਂ ਉਹ ਸਾਡਾ ਕਸਟਮਰ ਆ ਭਾਵੇਂ ਨਹੀਂ ਵੀ ਕਸਟਮਰ ਆ, ਅਸੀਂ ਉਹਨੂੰ ਕਿਹਾ ਵੀ ਤੈਨੂੰ ਕਿਤੇ ਵੀ ਕਿਸੇ ਨੂੰ ਵੀ ਲੋੜ ਪੈ ਜਾਵੇ ਨਾ, 9-10 ਵਜੇ ਤੱਕ ਅਸੀਂ ਜਾਗਦੇ ਹੁੰਦੇ ਹਾਂ, 10 ਮਿੰਟ ਦੀ ਸਾਡੇ ਘਰ ਤੋਂ ਡਰਾਈਵ ਆ, ਅਸੀਂ ਕੋਈ ਐਕਸਟਰਾ ਚਾਰਜ ਨਹੀਂ ਕਰਦੇ, ਅਸੀਂ ਹੈਲਪ ਕਰਦੇ ਹਾਂ, ਆਣ ਕੇ ਪਾਰਟ ਕੱਢ ਕੇ ਵੀ ਦੇ ਦੇਈਦਾ, ਵੀ ਕਿਸੇ ਦਾ ਭੈਣ ਭਰਾ ਦਾ ਟਰੱਕ ਖੜੇ ਨਾ ਰਸਤੇ 'ਚ, ਕੰਮ ਨਾ ਖੜੇ। ਇਹ ਬੜੀ ਚੰਗੀ ਗੱਲ ਹੈ ਜੀ, ਨਹੀਂ ਤਾਂ ਆਮ ਤੌਰ 'ਤੇ ਜਿਹੜੇ ਹੈਗੇ ਨੇ ਜਾਂ ਇਉਂ ਕਹਿ ਲਓ ਹੋਰ ਗੋਰੇ ਜਾਂ ਕੁਛ, ਉਹ ਤਾਂ ਮਿੰਟ ਮਿੰਟ ਦਾ ਚਾਰਜ ਕਰਦੇ ਨੇ। ਹਾਂਜੀ ਹਾਂਜੀ ਜੀ, ਮੋਸਟਲੀ ਸਾਰਿਆਂ ਨੇ 250 ਚਾਰਜ ਕਰਦੇ ਨੇ,
ਸਟੋਰ ਓਪਨ ਕਰਕੇ ਤੁਹਾਨੂੰ ਸਮਾਨ ਕੱਢ ਕੇ ਦੇਣ ਦਾ ਮੋਸਟਲੀ ਹਾਂਜੀ ਸ਼ੋਪਾਂ ਤੇ ਬਾਕੀ 7 ਦਿਨ ਤੁਸੀਂ ਉਦਾਂ ਹੀ ਆ ਤੇ ਸਾਰਿਆਂ ਨੂੰ ਫਿਰ ਵੇਖੋ ਵੱਡੀ ਸਾਡੇ ਇਸ ਵੇਲੇ ਲੈਂਗੁਏਜ ਪ੍ਰੋਬਲਮ ਆਉਂਦੀ ਆ ਸਾਡੇ ਭਰਾਵਾਂ ਨੂੰ ਕਈ ਵਾਰੀ ਡੀਲਰਸ਼ਿਪ ਤੇ ਜਾ ਕੇ ਸਮਝਾਉਣਾ ਹੀ ਨਹੀਂ ਆਉਂਦਾ ਵੀ ਉਹਨਾਂ ਨੂੰ ਚਾਹੀਦੀ ਕਿਹੜੀ ਚੀਜ਼ ਆ ਫਿਰ ਪਲੱਸ ਪ੍ਰਾਈਜ਼ਿੰਗ ਆ ਸਾਡੇ ਪ੍ਰਾਈਜ਼ਾਂ ਦਾ ਤੇ ਮਤਲਬ ਡੀਲਰਸ਼ਿਪ ਦੀ ਪ੍ਰਾਈਜ਼ ਦਾ ਕਾਫੀ ਫਰਕ ਹੈ ਕਾਫੀ ਫਰਕ ਹੋਏਗਾ ਕੁਦਰਤੀ ਗੱਲ ਬਾਕੀ ਇਹ ਹੈ ਜੀ ਤੁਸੀਂ ਵੈਸੇ ਵੀ ਵਿਲ ਵਿਸ਼ਰ ਹੋ ਸਾਡੇ ਪੰਜਾਬੀਆਂ ਵਾਸਤੇ ਪੰਜਾਬੀ ਜਿੰਨੇ ਵੀ ਭੈਣ ਭਰਾ ਕਾਫੀ ਇੱਥੇ ਹੈਗੇ ਨੇ ਜਿਹੜੇ ਦੂਜੇ ਦੀ ਹੈਲਪ ਕਰਕੇ ਖੁਸ਼ ਹੁੰਦੇ ਨੇ ਹਾਂਜੀ ਹਾਂਜੀ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਕਿਸੇ ਕੋਲ ਢਿੱਲ ਮੱਠ ਹੋਵੇ ਪੈਸੇ ਧੇਲੇ ਦੀ ਤਾਂ ਉਹ ਵੀ ਚਲੋ ਐਡਜਸਟ ਕਰ ਲੈਂਦੇ ਹੋ ਜਾਂ ਕਿਸੇ ਦੀ ਹੈਲਪ ਕਰਨੀ ਹੈ ਲੋਨ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਹਰ ਤਰ੍ਹਾਂ ਦੀ ਹੈਲਪ ਵੀ ਕਰਦੇ ਹੋ ਹਾਂਜੀ ਇਹ ਵੀ ਅਸੀਂ ਨਾ ਜਿੱਦਾਂ ਕਹਿ ਲਓ ਵੀ ਮਹਾਰਾਜ ਕਰਵਾਉਣ ਵਾਲਾ ਆ ਜੀ ਅਸੀਂ ਸੋਚ ਕੇ ਇਸੇ ਕਰਕੇ ਹੀ ਇਸੇ ਕੰਮ 'ਚ ਪਏ ਸੀ ਵੀ ਹੈਲਪ ਹੀ ਕਰਨੀ ਹੈ ਤੇ ਤਕਰੀਬਨ ਤੁਸੀਂ ਮਤਲਬ ਕਿਸੇ ਨੂੰ ਇਸ ਏਰੀਏ 'ਚ ਪੁੱਛ ਕੇ ਦੇਖ ਲਓ ਜਿਹੜੇ ਸਾਡੇ ਕਸਟਮਰ ਨੇ ਲੋਕੀ ਰਿਪੀਟ ਨੇ ਆਣ ਕੇ ਖੁਸ਼ ਹੁੰਦੇ ਨੇ ਆਉਂਦੇ ਨੇ ਗੱਲਬਾਤ ਕਰਦੇ ਨੇ ਕਈ ਕਹਿੰਦੇ ਨੇ ਸਾਨੂੰ ਇਹੀ ਬਹੁਤ ਸੋਹਣਾ ਲੱਗਦਾ ਵੀ ਕਾਊਂਟਰ ਦੇ ਪਰਲੇ ਬੰਨੇ ਬੰਦਾ ਪੱਗ ਬੰਨ ਕੇ ਬੈਠਾ ਤੇ ਮਤਲਬ ਅਸੀਂ ਨਹੀਂ ਦਸਤਾਰ ਦਾ ਫਰਕ ਬਹੁਤ ਪੈਂਦਾ ਮੈਂ ਹੁਣ ਪ੍ਰੋਗਰਾਮ ਤੇ ਦਸਤਾਰ ਬੰਨਦਾ ਅੱਜ ਹੁਣ ਨਹੀਂ ਬੰਨੀ ਪਰ ਸਾਨੂੰ ਵੀ ਕੱਲ ਥਾਈਲੈਂਡ ਤੋਂ ਫੋਨ ਆਇਆ ਵੀ ਤੂੰ ਜਦੋਂ ਦਸਤਾਰ ਬੰਨੀ ਹੁੰਦੀ ਅਸੀਂ ਤੇਰਾ ਪ੍ਰੋਗਰਾਮ ਦੇਖਦੇ ਹਾਂ ਹਾਂਜੀ ਨਹੀਂ ਬੰਨਦਾ ਅਸੀਂ ਨਹੀਂ ਦੇਖਦੇ ਚੱਲ ਕਦੇ ਕਦੇ ਤਾਂ ਚੱਲ ਜਾਂਦਾ ਅੱਛਾ ਅਸੀਂ ਹੁਣ ਗੱਲ ਕਰੀਏ ਟਰੈਕਿੰਗ ਇੰਡਸਟਰੀ ਦੀ ਖਾਸ ਤੌਰ ਤੇ ਕਿਉਂਕਿ ਤੁਹਾਡਾ ਹਰ ਤਰ੍ਹਾਂ ਦੇ ਬੰਦੇ ਨਾਲ ਵਾਹ ਪੈਂਦਾ ਸਮਾਨ ਲੈਣ ਆਉਂਦੇ ਨੇ ਜਿਹੜਾ ਇਹ ਹੈਗਾ ਕਾਫੀ ਡਰੇ ਹੋਏ ਨੇ ਲੋਕ ਜਾਂ ਲੱਗਦਾ ਹੈਗਾ ਕਿ ਟਰੈਕਿੰਗ ਇੰਡਸਟਰੀ ਜਿਹੜੀ ਹੈ ਉਹ ਕਾਫੀ ਡਾਊਨਫਾਲ ਵਾਲੇ ਪਾਸੇ ਹੈਗੀ ਆ ਤੇ ਤੁਹਾਨੂੰ ਕੀ ਲੱਗਦਾ ਹੈਗੀ ਆ ਜਾਂ ਅਸੀਂ ਆਪੇ ਹੀ ਬਣਾਈ ਹੋਈ ਆ ਜਿਹੜੇ ਮੇਰੇ ਅੱਗੇ ਕੰਮ ਨਹੀਂ ਕਰਨਾ ਚਾਹੁੰਦੇ ਨਹੀਂ ਭਾਜੀ ਕੁਛ ਹੈਗਾ ਵੀ ਆ ਇਹਦੇ 'ਚ ਨੋ ਡਾਊਟ ਆ ਕਿਉਂਕਿ ਉਹਦਾ ਕਾਰਨ ਆ ਮੈਂ ਤੁਹਾਡੇ ਪਿਛਲੇ ਇੱਕ ਦੋ ਐਪੀਸੋਡ ਦੇਖੇ ਵੀ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਬਹੁਤ ਕਲੀਅਰ ਦੱਸਿਆ ਸੀ ਭਾਜੀ ਹੋਣਾਂ ਨੇ ਹਰ ਸਿੰਘ ਰਾਮ ਹੋਣਾਂ ਨੇ ਵੀ ਇਹ ਮਤਲਬ ਜਿਹੜੀ ਟਰੱਕ ਆ ਜਿੱਥੇ 10 ਲੋਡ ਨੇ ਉੱਥੇ ਆਲਰੇਡੀ 80 ਟਰੱਕ ਖੜੇ ਨੇ ਤੇ ਫਿਰ ਅਸੀਂ ਕੋਈ ਵੀ ਬੰਦਾ ਆ ਨਾ ਉਹ ਦੂਜੇ ਨਾਲੋਂ ਘੱਟ ਰੇਟ 'ਤੇ ਲੋਡ ਚੱਕ ਲੈਂਦਾ ਚੱਕ ਕੇ ਖੁਸ਼ ਹੋ ਚੱਕ ਵੀ ਲੈਂਦਾ ਆ ਖੁਸ਼ ਵੀ ਅਗਲਾ ਕਹਿੰਦਾ ਯਾਰ ਮੇਰਾ ਟਰੱਕ ਚੱਲਣਾ ਚਾਹੀਦਾ ਉਹ ਇਹ ਨਹੀਂ ਦੇਖਦੇ ਵੀ ਯਾਰ ਮੈਂ ਮਤਲਬ ਮੇਰਾ ਇਹਦੇ ਨਾਲ ਸਰੂਗਾ ਨਹੀਂ ਸਰੂਗਾ ਜੀ ਇੱਕ ਤਾਂ ਕੰਮ ਹੁੰਦਾ ਆਪਦੇ ਫਾਇਦੇ ਲਈ ਕਰਦੇ ਅਸੀਂ ਹਾਂਜੀ ਇੱਕ ਸਾਡੇ ਕਈਆਂ ਪੰਜਾਬੀਆਂ 'ਚ ਇਹ ਵੀ ਆਦਤ ਆ ਵੀ ਆਪਦਾ ਫਾਇਦਾ ਹੋਵੇ ਨਾ ਹੋਵੇ ਅਗਲੇ ਦਾ ਨੁਕਸਾਨ ਹੋਵੇ ਬਿਲਕੁਲ ਜੀ ਹਾਂਜੀ ਇਹ ਤਾਂ ਸਾਡੀ ਫਿਤਰਤ ਹੈ ਨਾ ਦੇ ਵਿੱਚ ਹੈਗਾ ਤੇ ਇੱਕ ਭਾਜੀ ਮੈਂ ਅਕਸਰ ਦੇਖਿਆ ਜਿਹੜੇ ਸਾਡੇ ਬਹੁਤ ਸਾਰੇ ਟਰੱਕਿੰਗ ਲਾਈਨ ਦੇ ਵਿੱਚ ਬੰਦੇ ਪਏ ਨੇ ਉਹਨਾਂ ਨੇ ਇਹ ਦੇਖਿਆ ਵੀ ਫਲਾਨੇ ਬੰਦੇ ਦੇ ਯਾਰ ਪਿਛਲੇ ਸਾਲ 2 ਟਰੱਕ ਸੀ ਹਾਂਜੀ ਤੇ ਹੁਣ ਉਹਦੇ ਕੋਲ 20 ਟਰੱਕ ਨੇ 30 ਹੋ ਗਏ 80 ਹੋ ਗਏ ਤਾਂ ਕੰਮ ਹੀ ਬੜਾ ਸੌਖਾ ਅੱਛਾ ਉਹਦੀ ਘਾਲਣਾ ਕੋਈ ਨਹੀਂ ਦੇਖਦਾ ਹਾਂਜੀ ਵੀ ਉਹਦੇ ਕਿੰਨੇ ਸਾਲਾਂ ਦੀ ਘਾਲਣਾ ਹੈ ਉਹਦੀ ਕਿੰਨੀ ਮਿਹਨਤ ਹੈ 24 ਘੰਟਿਆਂ ਦੇ ਵਿੱਚ ਤੇ ਕੰਮ ਆਪਾਂ ਇਹ ਵੀ ਹੈਗੀ ਚ ਆਪਣੇ ਦੇ ਵਿੱਚ ਫਿਤਰਤ ਕੇ ਅਗਲੇ ਵਾਲ ਦੇਖ ਕੇ ਕੰਮ ਸ਼ੁਰੂ ਕਰ ਲਿਆ ਮੁੜ ਕੇ ਚੱਲਿਆ ਨਹੀਂ ਭਾਜੀ ਜਦੋਂ ਤੁਸੀਂ ਕੋਈ ਵੀ ਕਾਰੋਬਾਰ ਕਰਦੇ ਆ ਨਾ ਤੁਹਾਨੂੰ ਸਭ ਤੋਂ ਪਹਿਲਾਂ ਉਹਦੇ ਬਲੂ ਪ੍ਰਿੰਟ ਬਣਾਉਣੇ ਪੈਂਦੇ ਆ ਜੀ ਪਲੈਨਿੰਗ ਕਰਕੇ ਕਰਦੇ ਆ ਦੇਖੋ ਹੁਣ ਤੁਸੀਂ ਬੈਠੇ ਆ ਤੁਸੀਂ 10 ਟਰੱਕ ਪਾ ਲਓ ਮੈਂ ਤੁਹਾਡੇ ਮਗਰ ਦੇਖ ਕੇ ਬੈਂਕ ਕੋਲੋਂ 10 ਟਰੱਕ ਲੈ ਕੇ ਪਾ ਲਾਂ ਪਾ ਲਿਆ ਹਾਂਜੀ ਟਰੱਕ ਤਾਂ ਪੈ ਗਏ ਪਰ ਜਦੋਂ ਬ੍ਰੇਕ ਡਾਊਨ ਹੋਣੇ ਆ ਹੁਣ ਤੁਹਾਡੇ ਕੋਲ ਪੈਸੇ ਹੋਣਗੇ ਤੁਸੀਂ ਪਿੱਛੋਂ ਲਾ ਲਓਗੇ ਕੰਮ 'ਚ ਲਾ ਲਓਗੇ ਮੈਂ ਕਿੱਥੋਂ ਲਊਂਗਾ ਇੱਥੇ ਤਾਂ ਵੀ ਨਹੀਂ ਹੈਗਾ ਵੀ ਆਪਾਂ ਆੜਤੀ ਕੋਲੋਂ ਫੜ ਲੈਣੇ ਆ ਤੇ ਕਾਰਡਾਂ ਦੇ ਕਿੰਨੇ ਕੁ ਚੁੱਕ ਲਾਂਗੇ ਕਾਰਡਾਂ ਦੇ ਚੱਕ ਲਏ ਤੇ ਉਹ ਵੀ ਤੁਹਾਨੂੰ ਵਿਆਜ ਪੈਂਦਾ ਪੈਣਾ ਉਹ ਜਦੋਂ ਤੁਸੀਂ ਕਾਰਡਾਂ ਤੋਂ ਪੈਸੇ ਚੁੱਕ ਕੇ ਕਾਰੋਬਾਰ ਚਲਾਉਣ ਲੱਗ ਪਏ ਉਹ ਤੁਸੀਂ ਤਾਂ ਵੀ ਡਾਊਨ ਵੱਲ ਨੂੰ ਜਾਣ ਲੱਗ ਪਏ ਜੀ 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 ਇਹੀ ਕਾਰਨ ਆ ਜ਼ਿਆਦਾਤਰ ਮੈਂ ਸੋਚਦਾ ਵੀ ਦੇਖੋ ਦੇਖੀ 'ਚ ਵੀ ਯਾਰ ਦੂਜੇ ਦੇ 10 ਆ ਤੇ ਮੈਂ ਕਿਉਂ ਨਾ 20 ਕਰ ਲਵਾਂ ਦੇਖੋ ਦੇਖੀ ਤੇ ਦਿਖਾਵਾ ਦਿਖਾਵਾ ਦੋ ਚੀਜ਼ਾਂ ਜਿਹੜੀਆਂ ਸਾਡੇ ਪੰਜਾਬੀ ਨੂੰ ਅਕਸਰ ਮਾਰ ਕਰਦੀਆਂ ਨੇ ਚਾਹੇ ਉਹ ਅਸੀਂ ਮਕਾਨ ਪਾਉਣ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਚਾਹੇ ਵਿਆਹ ਕਰਨ ਦੀ ਗੱਲ ਕਰ ਲਈਏ ਦਿਖਾਵੇ ਵਾਸਤੇ ਬਾਹਲਾ ਕੰਮ ਜਦੋਂ ਕਰਦੇ ਉਦੋਂ ਵੀ ਕੰਮ ਖਰਾਬ ਹੁੰਦਾ ਅੱਛਾ ਸਾਡੇ ਦਰਸ਼ਕਾਂ ਵਾਸਤੇ ਇੱਕ ਮੈਂ ਜ਼ਰੂਰ ਪੁੱਛਦਾ ਹੁੰਦਾ ਬੈਕਗ੍ਰਾਊਂਡ ਤੁਸੀਂ ਜਿਵੇਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ ਹਾਂਜੀ ਕਿਹੜਾ ਪਿੰਡ ਹੈਗਾ ਜਿੱਥੇ ਤੁਹਾਡਾ ਬਚਪਨ ਬੀਤਿਆ ਹਾਂਜੀ ਤੇ ਕਿਸੇ ਗੇਮ ਦਾ ਸ਼ੌਕ ਜਾਂ ਐਂਟਰਟੇਨਮੈਂਟ ਦਾ ਸ਼ੌਕ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਸਾਡਾ ਡਿਸਟ੍ਰਿਕਟ ਅੰਮ੍ਰਿਤਸਰ ਜੀ ਤੇ ਪਿੰਡ ਸਾਡਾ ਇਤਿਹਾਸਿਕ ਨਗਰ ਆ ਬਾਬਾ ਬਗਾਲਾ ਸਾਹਿਬ ਜੀ ਤੇ ਗੇਮ ਦਾ ਕੋਈ ਐਡਾ ਸ਼ੌਂਕ ਨਹੀਂ ਰਿਹਾ ਕਾਰਨ ਇਹ ਸੀ ਵੀ ਲਾਈਫ ਬਹੁਤ ਹਾਰਡ ਸੀ ਜੀ ਮੈਂ 5 ਸਾਲ ਦਾ ਸੀ ਜਦੋਂ ਮੈਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜ਼ਿੰਮੇਵਾਰੀ ਆ ਗਈ ਹਾਂਜੀ ਜ਼ਿੰਮੇਵਾਰੀ ਆ ਗਈ ਤੇ ਮੈਂ ਤਕਰੀਬਨ ਕੋਈ 14 ਕੁ ਸਾਲ ਦਾ ਸੀ ਜਦੋਂ ਮੈਂ ਆਪਣੀ ਵਾਹੀ ਕਰਨੀ ਸ਼ੁਰੂ ਕਰ ਲਈ ਜੀ ਨਾਲ ਸਕੂਲ ਪੜ੍ਹਨਾ ਕਾਲਜ ਜਾਣਾ ਨਾਲ ਖੇਤੀਬਾੜੀ ਕਰਨੀ ਫਿਰ ਉਹ ਕਰਦੇ ਕਰਦੇ ਫਿਰ ਆਪਾਂ ਜਿੱਦਾਂ ਇੱਧਰ ਨੂੰ ਅਮਰੀਕਾ ਨੂੰ ਆ ਗਏ ਜੀ ਤੇ ਫਿਰ ਇੱਥੇ ਆਣ ਕੇ ਬਸ ਲੱਗੇ ਆ ਮਿਹਨਤ ਕਰ ਰਹੇ ਹਾਂ ਚਲੋ ਬੜੀ ਪਰਮਾਤਮਾ ਦੀ ਕਿਰਪਾ ਜੀ ਹਾਂਜੀ ਤੰਦਰੁਸਤੀਆਂ ਚਾਹੀਦੀਆਂ ਵੈਸੇ ਲੱਗਦੀ ਤੁਹਾਡੀ ਸਿਹਤ ਮੈਨੂੰ ਲੱਗਿਆ ਸੀ ਵੀ ਸ਼ਾਇਦ ਸਪੋਰਟਸ ਨਾਲ ਜਾਂ ਕਬੱਡੀ ਨਾਲ ਸੰਬੰਧਿਤ ਹੋ ਨਹੀਂ 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 ਤੇ ਚਲੋ ਤੇ ਪੰਜਾਬ ਉੱਧਰ ਫਿਰ ਜਾਂਦਾ ਨਹੀਂ ਨੂੰ ਪੰਜਾਬ ਦੇ ਵਿੱਚ ਚੱਕਰ ਲੱਗਦੇ ਰਹਿੰਦੇ ਹਾਂਜੀ ਬਿਲਕੁਲ ਚਾਹੀਦਾ ਜੀ ਮੇਰਾ ਛੋਟਾ ਬ੍ਰਦਰ ਆ ਉੱਥੇ ਅੱਛਾ ਤੇ ਤਕਰੀਬਨ ਹਰ ਸਾਲ ਕੋਈ ਨਾ ਕੋਈ ਸਾਡੀ ਫੈਮਿਲੀ 'ਚ ਜਾਂ ਮੈਂ ਚਲ ਗਿਆ ਮੇਰੇ ਬੱਚੇ ਚਲ ਗਏ ਮੇਰੀ ਮੰਮੀ ਚਲ ਗਏ ਜੀ ਹਾਂਜੀ ਹਰ ਸਾਲ ਜਾਈਦਾ ਸਾਡਾ ਛੋਟਾ ਜਿਹਾ ਪਰਿਵਾਰ 3 ਜੀਆਂ ਦਾ ਉੱਥੇ
ਤੇ ਉਹਨਾਂ ਨੂੰ ਮਿਲਣ ਲਈ ਸਾਨੂੰ ਜਾਣਾ ਹੀ ਪੈਂਦਾ। ਚਲੋ ਬੜੀ ਉਹ ਵੇਟ ਕਰਦੇ ਆ। ਚੰਗੀ ਗੱਲ ਹੈ ਜੀ, ਸਟਾਕਟਨ ਕੈਲੀਫੋਰਨੀਆ ਬੈਸਟ ਪ੍ਰਾਈਸ। ਹਾਂਜੀ, ਟੀ-ਸ਼ਰਟ ਬੜੀ ਸ਼ਾਨਦਾਰ ਪਾਈ ਆ। ਹਾਂਜੀ, ਤੇ ਸਾਡੇ ਘਰਾਂ ਵਿੱਚ ਬੈਠੇ ਜਿਹੜੇ ਦਰਸ਼ਕ ਹੈਗੇ ਨੇ, ਅੱਜ ਦਾ ਪ੍ਰੋਗਰਾਮ ਬੈਸਟ ਪ੍ਰਾਈਸ, ਜਿਵੇਂ ਮੈਂ ਦੱਸਿਆ ਕਿ ਬੈਸਟ ਪ੍ਰਾਈਸ ਨਾਮ ਤੋਂ ਹੀ ਪਤਾ ਲੱਗਦਾ ਵੀ ਇੱਥੇ ਟਰੱਕਾਂ ਦੇ ਨਾਲ ਸੰਬੰਧਿਤ ਹਰ ਚੀਜ਼, ਹਰ ਸਪੇਅਰ ਪਾਰਟ, ਟ੍ਰੇਲਰ ਨਾਲ ਸੰਬੰਧਿਤ, ਰੀਫਰ ਨਾਲ ਸੰਬੰਧਿਤ ਬੈਸਟ ਪ੍ਰਾਈਸ 'ਤੇ ਇੱਥੇ ਮਿਲਦਾ ਇਹਨਾਂ ਕੋਲ, ਮਨਪ੍ਰੀਤ ਭੁੱਲਰ ਸਾਹਿਬ ਕੋਲ, ਇਹਨਾਂ ਦੇ ਇੱਥੇ ਸਟੋਰ 'ਤੇ। ਬੜਾ ਵਧੀਆ ਲੱਗਿਆ ਅੱਜ ਗੱਲਬਾਤ ਕਰਕੇ, ਜਾਣਕਾਰੀ ਹਾਸਲ ਕਰਕੇ। ਤੁਸੀਂ ਵੀ ਕੋਈ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹੋ, ਇਹਨਾਂ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ, ਜਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਤੁਸੀਂ ਆਪਣੇ ਕਿਸੇ ਵੀ ਟਰੱਕਾਂ ਨਾਲ ਸੰਬੰਧਿਤ ਬਿਜ਼ਨਸ ਦੇ ਉੱਪਰ ਕੋਈ ਸਾਡਾ ਪ੍ਰੋਗਰਾਮ ਇਹ ਕਰਵਾਉਣਾ ਚਾਹੁੰਦੇ ਹੋ, ਦਾ ਟਰੱਕ ਸ਼ੋਅ ਮਾਈਲਜ਼ ਇਨ ਸਟਾਈਲ, ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਮੇਰਾ ਸੈੱਲ ਨੰਬਰ ਜਿਹੜਾ ਹੈਗਾ ਉਹ ਤੁਹਾਡੇ ਕੋਲ ਹੈਗਾ 209-450-3362 209-450-3362। ਅਖੀਰ ਦੇ ਵਿੱਚ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਭੁੱਲਰ ਸਾਹਿਬ ਦਾ। ਭੁੱਲਰ ਸਾਹਿਬ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਦਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਬੜਾ ਵਧੀਆ ਗਿਆ ਗੱਲਬਾਤ ਕਰਕੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਜੱਗੀ ਭਾਅ ਜੀ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਸਾਡੇ ਦਰਸ਼ਨ ਕੀਤੇ, ਇੱਥੇ ਆਏ ਸਾਡੇ ਕੋਲ, ਬਿਲਕੁਲ ਜੀ, ਬਹੁਤ ਵਧੀਆ ਲੱਗਿਆ। ਹਾਂਜੀ, ਅਤੇ ਬਾਕੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਜੋ ਵੀ ਟਰੈਕਿੰਗ ਨਾਲ ਰਿਲੇਟਡ ਨੇ, ਵੀ ਕੋਈ ਵੀ ਕੰਮ ਕਰਨਾ ਹੈ ਨਾ, ਅਤੇ ਬਹੁਤ ਵਧੀਆ ਕੰਪਨੀਆਂ ਬੈਠੀਆਂ ਨੇ, ਸਲਾਹਕਾਰ ਬੈਠੇ ਨੇ, ਉਹਨਾਂ ਦੀ ਸਲਾਹ ਲੈ ਕੇ ਪ੍ਰੋਪਰ ਕੰਮ ਕਰੋ ਜੀ, ਅਤੇ ਜਿਹਦੇ ਨਾਲ ਤੁਸੀਂ ਕਾਮਯਾਬ ਹੋ ਸਕੋ ਜੀ। ਦੇਖੋ ਦੇਖੀ ਵਾਲੇ ਕੰਮ ਦੇ ਵਿੱਚ ਨਾ ਲੱਗੋ ਵੀ ਜੇ ਉਹਨੇ ਦੂਸਰੇ ਨੇ ਕਰ ਲਿਆ ਅਤੇ ਮੈਂ ਵੀ ਉਹਦੇ ਮਗਰ ਲੱਗ ਕੇ ਅਤੇ ਮੈਂ ਵੀ ਇਹ ਕੰਮ ਕਰ ਲਾਂ, ਉਹਦੇ ਵਿੱਚ ਤੁਹਾਨੂੰ ਤੁਸੀਂ ਮਤਲਬ ਕਹਿ ਲਓ ਵੀ ਡਿੱਗ ਪੋਗੇ ਜੀ ਜਾਂ ਫੇਲ ਹੋ ਸਕਦੇ ਆ ਜੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਭਾਅ ਜੀ, ਬੜਾ ਵਧੀਆ ਲੱਗਿਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ, ਅਤੇ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ ਇਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।